ਜਸਟਿਸ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਅਮਰੀਕਾ ਤੇ ਇਰਾਨ ਇਹਨਾਂ ਦੇ ਵਿੱਚ ਜਿਹੜੀ ਟੈਨਸ਼ਨ ਚੱਲ ਰਹੀ ਹੈ ਉਸ ਟੈਨਸ਼ਨ ਦੇ ਵਿਚਾਲੇ ਇਰਾਨ ਵੱਲੋਂ ਕੀ ਪ੍ਰਤੀਕਰਮ ਆ ਰਹੇ ਅਮਰੀਕਾ ਵੱਲੋਂ ਕੀ ਪ੍ਰਤੀਕਰਮ ਆ ਰਹੇ ਸਭ ਦੇ ਵਿਚਾਲੇ ਦੁਨੀਆ ਵਿੱਚੋਂ ਕੀ ਪ੍ਰਤੀਕਰਮ ਆ ਰਿਹਾ ਇਸ ਤੇ ਚਰਚਾ ਕਰਨੀ ਵੀ ਲਾਜ਼ਮੀ ਹੈਗੀ ਹੈ ਭਾਰਤ ਇਹਨਾਂ ਮੁੱਦਿਆਂ ਤੇ ਕੀ ਸੋਚਦਾ ਏਸ਼ੀਆਈ ਖਿੱਤਾ ਜਿਹੜਾ ਉਹ ਕੀ ਸੋਚਦਾ ਹੈਗਾ ਮਿਡਲ ਈਸਟ ਦੇ ਇਸ ਟੈਨਸ਼ਨ ਦੇ ਵਿਚਾਲੇ ਬਹੁਤ ਸਾਰੇ ਸਵਾਲ ਹੈ ਤੇਲ ਦੀ ਥੁਰੀ ਆਊਟ ਹੋ ਚੁੱਕੀ ਹੈ ਤੇ ਇਨ ਕੀ ਹੈਗਾ ਟਰੰਪ ਦਾ ਟਾਰਗੇਟ ਕੀ ਹੈਗਾ ਸੁਲੇਮਾਨੀ ਨੂੰ ਮਾਰ ਕੇ ਟਰੰਪ ਨੇ ਜਿੰਦਾ ਕੀ ਕੀਤਾ ਹੈਗਾ ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ ਜਿਹੜੇ ਸਾਰੇ ਸਵਾਲ ਸਮਝਣ ਦੀ ਜ਼ਰੂਰਤ ਹੈਗੀ ਹੈ ਸਾਡਾ ਤੁਹਾਡੇ ਤੇ ਉਹਦਾ ਸਿੱਧਾ ਅਸਰ ਪਵੇਗਾ ਇਸ ਨੂੰ ਅੱਜ ਅਸੀਂ ਨਹੀਂ ਵਿਚਾਰ ਰਹੇ ਪਰ ਵਿਚਾਰਨਾ ਜ਼ਰੂਰੀ ਹੈਗਾ ਪਰ ਸਵਾਲ ਇਹ ਹੈਗਾ ਵਿਸ਼ਵ ਯੁੱਧ ਦਾ ਰੋਲਾ ਕਿਉਂ ਪੈਂਦਾ ਵਿਸ਼ਵ ਜੰਗ ਦਾ ਰੋਲਾ ਕਿਉਂ ਪੈਂਦਾ ਆਲਮੀ ਜੰਗ ਦਾ ਰੋਲਾ ਕਿਉਂ ਪੈਂਦਾ ਹੈਗਾ ਕਿ ਇਸ ਸਭ ਦੇ ਵਿਚਾਲੇ ਕੋਈ ਪਲਾਨ ਤਾਂ ਨਹੀਂ ਹੈਗਾ ਕੋਈ ਟਾਰਗੇਟ ਤਾਂ ਨਹੀਂ ਹੈਗਾ ਕਿਤੇ ਕੋਈ ਇਲੈਕਸ਼ਨ ਏਜੰਡਾ ਤਾਂ ਨਹੀਂ ਹੈਗਾਗਾ ਬਹੁਤ ਸਾਰੇ ਸਵਾਲ ਹੈਗੇ ਆ ਇਸੇ ਕਰਕੇ ਇਹ ਸਵਾਲ ਪੁੱਛ ਰਹੇ ਹਾਂ ਤੀਜੀ ਵਿਸ਼ਵ ਜੰਗ ਦਾ ਰੋਲਾ ਕਿਉਂ ਹਰ ਰੋਲੇ ਦਾ ਕੋਈ ਨਾ ਕੋਈ ਏਜੰਡਾ ਹੁੰਦਾ ਇਸ ਲਈ ਅਸੀਂ ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਾਂਗੇ ਸਵਾਲ ਇਹ ਪੁੱਛਿਆ ਜਾਵੇਗਾ ਕਿ ਅਮਰੀਕਾ ਇਰਾਨ ਦਾ ਤਣਾਅ ਦੁਨੀਆ 'ਚ ਵੰਡੀਆਂ ਪਾ ਰਿਹਾ ਇਸ ਸਵਾਲ 'ਤੇ ਬਹਿਸ ਕਰਾਂਗੇ ਪੈਨਲ ਸਾਡੇ ਨਾਲ ਮੌਜੂਦ ਹੈਗਾ ਉਹਨਾਂ ਤੁਹਾਡਾ ਤਾਰਫ ਕਰਾ ਰਿਹਾ ਮੁਹੰਮਦ ਖਾਲਿਦ ਸਾਹਿਬ ਜਿਹੜੇ ਇੰਟਰਨੈਸ਼ਨਲ ਪੋਲਿਟਿਕਸ ਬਾਰੇ ਬਹੁਤ ਬਿਹਤਰ ਤਰੀਕੇ ਨਾਲ ਜਾਣਦੇ ਇਸ ਕਰਕੇ ਇਹਨਾਂ ਨੂੰ ਇੱਥੇ ਸੱਦਿਆ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡੇ ਨਾਲ ਇੱਥੇ ਵਿਚਰਨਗੇ ਖਾਲਿਦ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਜਿਹੜਾ ਮੁਸਲਿਮ ਕੰਟਰੀਜ਼ ਹੈਗੇ ਆ ਉਹ ਕਿਸ ਤਰੀਕੇ ਨਾਲ ਇਸ ਮੁੱਦੇ ਨੂੰ ਲੈਂਦੇ ਆ ਅਤੇ ਇਸ ਸਭ ਦੇ ਵਿਚਾਲੇ ਧਰਮ ਦੇ ਆਧਾਰ 'ਤੇ ਕਿਤੇ ਕੋਈ ਵੰਡੀਆਂ ਪਾਉਣ ਦੀ ਸਾਜਿਸ਼ ਤਾਂ ਨਹੀਂ ਰਚੀ ਜਾ ਰਹੀ ਖਾਲਿਦ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਖਾਲਿਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਵਿਕਰਮਜੀਤ ਸਿੰਘ ਸੀਨੀਅਰ ਜਰਨਲਿਸਟ ਨੇ ਵਿਕਰਮਜੀਤ ਸਿੰਘ ਖਰਾ ਨੇ ਕਰਗਿਲ ਵੀ ਕਵਰ ਕੀਤਾ ਹੋਇਆ ਵਿਕਰਮਜੀਤ ਸਿੰਘ ਖਰਾ ਨੂੰ ਪਤਾ ਹੈਗਾ ਕਿ ਜਦੋਂ ਇੰਡੀਆ ਪਾਕਿਸਤਾਨ ਦੇ ਵਿਚਾਲੇ ਟੈਨਸ਼ਨ ਕ੍ਰੀਏਟ ਹੁੰਦੀ ਹੈ ਉਦੋਂ ਅਮਰੀਕਾ ਕੀ ਕਹਿੰਦਾ ਅਤੇ ਉਦੋਂ ਇਰਾਨ ਕੀ ਕਹਿੰਦਾ ਉਦੋਂ ਸਾਊਦੀ ਅਰੇਬੀਆ ਕੀ ਕਹਿੰਦਾ ਅਤੇ ਉਦੋਂ ਇਜ਼ਰਾਈਲ ਕੀ ਕਹਿੰਦਾ ਉਹ ਸਭ ਦੇ ਵਿਚਾਲੇ ਅਮਰੀਕਾ ਇਰਾਨ ਦੇ ਇਸ ਤਣਾਅ ਦੇ ਵਿਚਾਲੇ ਇਹ ਸਾਰੇ ਮੁਲਕ ਹੁਣ ਕੀ ਕਹਿੰਦੇ ਹੈਗੇ ਆ ਇਹ ਸਭ ਕੁਝ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਵਿਕਰਮ ਜੀ ਤੁਹਾਡਾ ਬਹੁਤ ਸਵਾਗਤ ਹੈ ਬਿਪਨ ਪਾਠਕ ਕਰਨਲ ਬਿਪਨ ਪਾਠਕ ਜਿਹੜੇ ਡਿਫੈਂਸ ਐਕਸਪਰਟ ਦੇ ਤੌਰ 'ਤੇ ਸਾਡੇ ਮੌਜੂਦ ਰਹਿਣਗੇ ਇਹਨਾਂ ਨੂੰ ਇੰਡੀਅਨ ਆਰਮੀ ਦੀ ਉਹਨਾਂ ਸਾਰੀਆਂ ਥਿਊਰੀਜ਼ ਬਾਰੇ ਪਤਾ ਹੈਗਾ ਅਤੇ ਇਹਨਾਂ ਨੂੰ ਬਾਹਰਲੀਆਂ ਥਿਊਰੀ ਬਾਰੇ ਵੀ ਪਤਾ ਹੈਗਾ ਅਤੇ ਇਹ ਇੰਟੈਲੀਜੈਂਸ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਮਹਾਰਤ ਹਾਸਲ ਰੱਖਦੇ ਇਸ ਕਰਕੇ ਬਿਪਨ ਪਾਠਕਰਾਂ ਨੂੰ ਸੱਦਿਆ ਕਿ ਜਿਹੜਾ ਉੱਥੋਂ ਦਾ ਪੈਂਟਾਗਨ ਆ ਉਹ ਕਿਸ ਤਰੀਕੇ ਨਾਲ ਸੋਚਦਾ ਅਮੈਰੀਕਨ ਫੌਜ ਕਿਸ ਤਰੀਕੇ ਨਾਲ ਸੋਚਦੀ ਹੈ ਅਤੇ ਇਰਾਨੀ ਜਿਹੜੀ ਆਰਮੀ ਹੈਗੀ ਉਹ ਕਿਸ ਤਰੀਕੇ ਨਾਲ ਸੋਚਦੀ ਹੈਗੀ ਆ ਇਹ ਸਭ ਦੇ ਵਿਚਾਲੇ ਦੁਨੀਆ 'ਤੇ ਇਸ ਦਾ ਕੀ ਅਸਰ ਪਵੇਗਾ ਇਹ ਕਰਨਾ ਬਿਪਨ ਪਾਠਕ ਤੁਹਾਨੂੰ ਜੀ ਕੋਸ਼ਿਸ਼ ਕਰਾਂਗੇ ਪਾਠਕ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਡਾਕਟਰ ਰਾਜੀਵ ਖੋਸਲਾ ਇਕੋਨਮਿਸਟ ਨੇ ਅਤੇ ਜਦੋਂ ਇਹੋ ਜਿਹਾ ਤਣਾਅ ਆਉਂਦਾ ਅਤੇ ਆਰਥਿਕ ਤੌਰ 'ਤੇ ਸਾਰਾ ਕੁਛ ਹਿਲਦਾ ਨਜ਼ਰ ਆਉਂਦਾ ਪਰ ਜਦੋਂ ਆਰਥਿਕ ਤੌਰ 'ਤੇ ਪਹਿਲਾਂ ਹੀ ਹਿੱਲਿਆ ਹੋਵੇ ਸਭ ਕੁਛ ਅਤੇ ਫਿਰ ਇਸ ਤਣਾਅ ਦੇ ਵਿਚਾਲੇ ਆਰਥਿਕ ਮੰਦੀ ਦੌਰ ਵਿੱਚ ਫਸੇ ਹੋਏ ਸਾਰੇ ਜਿਹੜੇ ਮੁਲਕ ਹੈਗੇ ਆ ਉਹ ਕਿੱਥੇ ਖੜੇ ਮਹਿਸੂਸ ਕਰਨਗੇ ਕੀ ਉਹਨਾਂ ਵਿੱਚ ਸਮਰੱਥਾ ਹੈਗੀ ਆ ਇਹਨਾਂ ਜੰਗਾਂ ਨੂੰ ਚੱਲਣ ਦੀ ਜਾਂ ਸਿਰਫ ਰੋਲਾ ਪਾਇਆ ਜਾਂਦਾ ਉਹਦਾ ਏਜੰਡਾ ਸੈੱਟ ਕੀਤਾ ਜਾ ਰਿਹਾ ਇਸ ਕਰਕੇ ਜਦੋਂ ਭਾਰਤ ਇਹ ਕਹੇ ਕਿ 5 ਟ੍ਰਿਲੀਅਨ ਇਕਾਨਮੀ ਬਣਾਉਣੀ ਹੈਗੀ ਆ ਭਾਰਤ ਇਸ ਦਾ ਕੀ ਅਸਰ ਹੋਵੇਗਾ ਇਹ ਵੀ ਰਾਜੀਵ ਖੋਸਲਾ ਸਮਝਣ ਦੀ ਕੋਸ਼ਿਸ਼ ਕਰਾਂਗੇ ਖੋਸਲਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਵਾਲ ਮੈਂ ਮੁਹੰਮਦ ਖਾਲਿਦ ਤੁਹਾਨੂੰ ਕਰਨਾ ਚਾਹੂੰਗਾ ਮੁਹੰਮਦ ਖਾਲਿਦ ਜੀ ਇਹ ਧਰਮ ਆਧਾਰਿਤ ਕੁਛ ਹੈ ਮੁਸਲਿਮ ਕੰਟਰੀਜ਼ ਨੂੰ ਇੱਕ ਪਾਸੇ ਖੜਾ ਕਰਨ ਦੀ ਕੋਸ਼ਿਸ਼ ਹੈ ਜਾਂ ਕੁਛ ਹੋਰ ਹੈ ਨਹੀਂ ਇਹਨੂੰ ਸਿਰਫ ਧਰਮ ਨਾਲ ਨਹੀਂ ਦੇਖਿਆ ਜਾ ਸਕਦਾ ਅਸਲ 'ਚ ਤਾਂ ਹੈਗਾ ਜਿਹੜਾ ਮਿਡਲ ਈਸਟ ਸਾਰੇ ਹੈਗਾ ਉਹ ਇੱਕ ਐਸੇ ਕੁਐਗਮਾਰ 'ਚ ਫਸਿਆ ਹੋਇਆ ਔਰ ਇਹ ਸਾਰਾ 1967 ਤੋਂ ਬਾਅਦ ਜਿਸ ਵੇਲੇ ਬ੍ਰਿਟਿਸ਼ ਫੋਰਸਿਸ ਇੱਥੋਂ ਗਈਆਂ ਉਸ ਤੋਂ ਬਾਅਦ ਇਹ ਸਾਰਾ ਖਿੱਤਾ ਟੋਟਲੀ ਡੀਸਟੇਬਲਾਈਜ਼ ਹੀ ਰਿਹਾ ਜੇ ਆਪਾਂ ਉਹਨੂੰ ਧਰਮ ਦੀ ਰੰਗਤ ਦੇਣ ਦੀ ਦੇਖੀਏ ਉਸ ਨਜ਼ਰੀਏ ਨਾਲ ਦੇਖੀਏ ਦੇਖੋ ਉੱਥੇ ਦੋ ਮੇਜਰ ਪਾਵਰਸ ਹੈ ਇੱਕ ਪਾਸੇ ਗਲਫ ਦੇ ਇੱਕ ਪਾਸੇ ਇਰਾਨ ਹੈ ਔਰ ਦੂਸਰੇ ਪਾਸੇ ਸਾਊਦੀ ਅਰੇਬੀਆ ਔਰ ਇਰਾਨ ਜਿਹੜਾ ਹੈਗਾ ਉਹ ਡਿਫਰੈਂਟ ਐਥਨੀਸਿਟੀ ਵੀ ਹੈ ਔਰ ਸ਼ੀਆ ਵੀ ਹੈ ਇੱਕ ਸੈਕਟ ਜਿਹੜਾ ਹੈਗਾ ਇਸਲਾਮ ਦਾ ਔਰ ਦੂਸਰੇ ਪਾਸੇ ਜਿਹੜਾ ਹੈਗਾ ਉਹ ਸਾਊਦੀ ਅਰੇਬੀਆ UAE ਇਹ ਸਾਰੇ ਜਿਹੜੇ ਹੈਗੇ ਆ ਸੁੰਨੀ ਹੈਗੇ ਆ ਵਰਲਡ ਦੇ ਵਿੱਚ ਸਿਰਫ 3 ਕੰਟਰੀਆਂ ਜਿਹੜੇ ਸ਼ੀਆ ਮੈਜੋਰਿਟੀ ਹੈ ਇੱਕ ਇਰਾਕ ਹੈ ਇੱਕ ਇਰਾਨ ਹੈ ਔਰ ਇੱਕ ਬਹਿਰੀਨ ਹੈ ਔਰ ਚੌਥਾ ਆਜ਼ਰਬਾਈਜਾਨ ਹੈ ਉਹ ਇਸ ਖਿੱਤੇ ਦੇ ਵਿੱਚ ਨਹੀਂ ਹੈ ਤਾਂ ਜਿਸ ਵੇਲੇ ਆਪਾਂ ਇਸ ਚੀਜ਼ ਨੂੰ ਇਸ ਨਜ਼ਰੀਏ ਨਾਲ ਦੇਖੀਏ ਕਿ ਸਿਰਫ ਧਰਮ ਦੀ ਗੱਲ ਹੈ ਉਹ ਗੱਲ ਨਹੀਂ ਹੈ ਗੱਲ ਇਹ ਹੈਗੀ ਹੈ ਵੀ ਸਾਰਾ ਕੁਛ ਇੱਕ ਨੈਸ਼ਨਲ ਇੰਟਰਸਟ ਨਾਲ ਜੁੜਿਆ ਹੋਇਆ ਸਾਊਦੀ ਅਰੇਬੀਆ ਦਾ ਨੈਸ਼ਨਲ ਇੰਟਰਸਟ ਬਹਿਰੀਨ ਨਾਲ ਨਹੀਂ ਮੇਲ ਖਾਂਦਾ ਇਰਾਨ ਦਾ ਇਰਾਕ ਨਾਲ ਨਹੀਂ ਇਰਾਕ ਦਾ ਕੁਵੈਤ ਨਾਲ ਨਹੀਂ ਇਰਾਨ ਦਾ ਜਿਹੜਾ ਹੈਗਾ UAE ਜਾਂ ਸਾਊਦੀ ਅਰੇਬੀਆ ਨਾਲ ਨਹੀਂ ਸਾਊਦੀ ਅਰੇਬੀਆ ਅਰਬ ਇੰਟਰਸਟ ਨੂੰ ਵੀ ਰੀਪ੍ਰਜੈਂਟ ਕਰਦਾ ਸਾਊਦੀ ਅਰੇਬੀਆ ਜਿਹੜਾ ਹੈਗਾ ਉਹ ਜਿਹੜਾ ਹੈਗਾ ਸੁੰਨੀ ਇੰਟਰਸਟ ਨੂੰ ਵੀ ਰੀਪ੍ਰਜੈਂਟ ਕਰਦਾ ਦੂਸਰੇ ਪਾਸੇ ਇਰਾਨ ਜਿਹੜਾ ਹੈਗਾ ਉਹ ਇਰਾਨੀਅਨ ਐਥਨੀਸਿਟੀ ਔਰ ਇਰਾਨੀਅਨ ਇੰਟਰਸਟ ਜਿਹੜੇ ਹੈਗੇ ਆ ਸ਼ੀਆ ਇੰਟਰਸਟ ਉਹਨਾਂ ਨੂੰ ਰੀਪ੍ਰਜੈਂਟ ਕਰਦਾ ਲੇਕਿਨ ਇਹ ਜਿੰਨਾ ਵੀ ਇੱਥੇ ਹੋ ਰਿਹਾ ਇਹ ਸਾਰਾ ਕਰ ਅਮੈਰੀਕਾ ਰਿਹਾ ਕਿਉਂਕਿ ਅਮੈਰੀਕਾ ਜਿਹੜਾ ਹੈਗਾ ਦੇਖੋ ਅਮੈਰੀਕਾ ਸਾਊਦੀ ਅਰਬ ਦਾ ਵੀ ਦੋਸਤ ਹੈ ਇਜ਼ਰਾਈਲ ਦਾ ਵੀ ਦੋਸਤ ਹੈ ਦੋਨੇ ਇੱਕ ਦੂਸਰੇ ਦੇ ਨਾਲ ਨਹੀਂ ਖੜੇ ਹੋ ਸਕਦੇ ਇਸੇ ਤਰੀਕੇ ਦੇ ਨਾਲ ਇਰਾਕ ਦਾ ਵੀ ਦੋਸਤ ਹੈ ਔਰ ਇਰਾਕ ਇਰਾਨ ਦਾ ਦੋਸਤ ਹੈ ਲੇਕਿਨ ਜਿਹੜਾ ਅਮੈਰੀਕਾ ਹੈਗਾ
वह इराक दे विच भी रोल प्ले कर रहा है, कुवैत दे विच भी प्ले कर रहा है, सऊदी अरब भी प्ले कर रहा है। अमेरिकन इंटरेस्ट जिहड़े हैगे बेसिकली ऑयल दा हैगा सब तो वड्डा जिहड़ा इंटरेस्ट ऑयल नूं खारिज कर चुके मिस्टर ट्रंप, वो कहिंदे तेल दा कोई रोला नहीं हैगा। नहीं 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 वो कहिंदे असीं सब तो वड्डे प्रोड्यूसर। मैंने कहा जी सुनो, सब तो वड्डे प्रोड्यूसर अमेरिका हो सकता अपनी ओहदे वास्ते, लेकिन तेल नूं गल्फ दे तेल नूं इग्नोर नहीं कीता जांदा। तेल दा रोला है तुसीं यस गल्फ दा तेल एक दिन वास्ते बंद कर दिओ, वर्ल्ड दी इकोनॉमी देखो कित्थे पहुंच जांदी है। ठीक है तुसीं ये देखो भी अगर लड़ाई हुंदी है जिहड़ी कि रीजनल लड़ाई होगी या जिहड़ा तुसीं ग्लोबल या कॉन्फ्लिक्ट की गल करदे हो, इस तरह की कोई गल नहीं होगी। न्यूक्लियर कॉन्फ्लिक्ट की गल कोई यह गल नहीं है, रीजनल अगर कॉन्फ्लिक्ट हुंदा है और उहदे विच भी अगर स्टेट ऑफ हरमूज जितों सारा तेल जांदा है वह रुक जाती है हफ्ते वास्ते भी, तुसीं वर्ल्ड की इकोनॉमी जिहड़ी हैगी है वह बिल्कुल क्रैश कर जाएगी। इस करके तेल दा तां रौला है ही। खालिद साहब फिर मैनूं तां ऐं लगदा कि कोई भी मुल्क है जिहड़ा इस जंग नूं टॉलरेट ही नहीं कर सकदा कोई इस। मैंने कहा जी वर्ल्ड कैन नॉट अफोर्ड वॉर इन द गल्फ। ठीक है विक्रमजीत सिंह, इस रौला ही पाया जा रहा है, कहूआ खड़ा करन की कोशिश की जा रही है, तुहानूं भी ऐं लगदा जां नहीं? नहीं हवा क्रिएट करने की कोशिश अमेरिका बहुत इट्स मेकिंग अ लॉट ऑफ एफर्ट टू क्रिएट दिस हवा। और फंडामेंटली गल आती है पेट्रो डॉलर की। देखो जी अमेरिकन डोमिनेशन ऑफ द वर्ल्ड इकोनॉमी एंड द वर्ल्ड करंसी इज थ्रू द पेट्रो डॉलर। और ईरान जिहड़ा सी वॉज एन आउटलायर, जिन्हों कहते ना इट वॉज एन एक्सैप्शन टू अमेरिकन डोमिनेशन ऑफ द ऑयल एंड गैस ट्रेड। सो अमेरिका की कोशिश रहेगी थ्रू आउट कि ऑयल और गैस की जिहड़ी ट्रेडिंग है उन्हों उदी अमेरिकन इकॉनमी और अमेरिकन द यूएस ट्रेजरी डिपार्टमेंट डोमिनेट करे। और ईरान नू इन्होंने जो एक एजॉल्ट कर रहे हैं और उन्हों आइसोलेट करने की कोशिश कर रहे हैं पोलिटिकली इकोनॉमिकली थ्रू सेंक्शंस इज अगेन एम्ड एट स्ट्रेंथनिंग द यूएस होल्ड ओवर द पेट्रो डॉलर। दे डोंट वॉन्ट के कोई भी नेशन इज वर्ल्ड विच पेट्रो डॉलर के बाहर जाके ऑयल और एनर्जी विच ट्रेड करे। सो दैट इज़ अ फंडामेंटल अमेरिकन इंपल्स। नाउ द क्वेश्चन इज़ कि अज कल ईरान ने रिटेलीएट किया, उस तो पहला अमेरिका ने मारिया। सो एट द मोमेंट बोथ साइड्स आर इंडिकेटिंग डी एस्केलेशन कि वी डोंट वॉन्ट टू गो इन फॉर फर्दर कन्वेंशनल स्ट्राइक्स। बट ईरान दी इन्नी ज़्यादा ग्रिप है ऑन द मिलिशियाज, द शिया मिलिशियाज इन लेबनन, इन इराक, इन यमन, द हिज़्बुल्लाह इन लेबनन, वो कद भी अमेरिका दे इंटरेस्ट दे उपर अमेरिकन ट्रुप्स दे उपर हमला कर सकते हैं। और ईरान दे प्रेसिडेंट द सुप्रीम लीडर ने खामेनी उन्होंने कहा भी हैगा कि जिहड़ी मिजाइल स्ट्राइक्स ने वो तो इज जस्ट अ स्लैप ऑन अमेरिकाज फेस। सो जिहड़ी ये ईरान बाज रिटेलीएशन करेगा इन विच लाइव्स विल बी लॉस्ट, वो करेंगे मोस्ट प्रोबेबली थ्रू शैडो वॉर्स, थ्रू डिनाइबल वॉरफेयर और असिमेट्रिक वॉरफेयर जिन्हों कहते हैं। और उहदे नाल फिर एसकलेशन होएगी क्योंकि अमेरिका विल रिटेलीएट। देखो अमेरिका नूं एक बहुत वड्डा फायदा यह हो रहा, तुसीं भारत का एग्जाम्पल लै लो। अमेरिका ने इंडिया ते प्रेशर पा के ईरान तो ऑयल बंद कराता, बिल्कुल ठीक ठीक है। उस तो पहला इन्होंने वेनेजुएला तो इंडिया तो ऑयल बंद करवाता। होया कि इंडिया स्टार्टेड बाइंग मोर ऑयल फ्रॉम यूनाइटेड स्टेट्स। यूएस गल्फ स्टेट्स से डिपेंडेंट नहीं है ऑन ऑयल, वो अपना ऑयल बहुत रिजर्व्स ने। यूएस हुण चाहता है कि साडा ऑयल और गैस जड़ा हैगा शेल ऑयल स्पेशली वो दूजिया कंट्रीज बाय करन। और इंडिया तुसीं कह रहे हो इकॉनमी की लड़ाई है सारी। इकॉनमी इज अ वेरी देखो इकॉनमी आई थिंक अनफॉर्चुनेटली ओनली इंडिया इज नॉट अंडरस्टैंडिंग द इंपॉर्टेंस ऑफ इकॉनमी। वी आर टॉकिंग अबाउट ऑल ग्रेट थिंग्स एक्सेप्ट द इकॉनमी, बट वर्ल्ड ग्रेट की गल तो ट्रंप भी करते हैं, वो ग्रेट की गल करते हैं, बट ट्रंप की इकोनॉमिक इंपल्स भी बहुत स्ट्रोंग है। और देखो असी हुण यूएस तो अपनी ऑयल इंपोर्ट्स इंक्रीज कर रहे हैं एंड वी आर इंपोर्टिंग ऑयल एट अ हायर प्राइस फ्रॉम द यूएस दैन वी वर डूइंग फ्रॉम ईरान। ईरान वॉज वन ऑफ आर बेस्ट सप्लायर्स ऑफ। ठीक है बहुत इंपॉर्टेंट पॉइंट तुम दसिया पाठक साहब। मैं एक सवाल थोड़े तो बड़ा सधारण पूछना चाहता, कासिम सुलेमानी ये टेररिस्ट सीगा? देखिए जनरल कासिम सुलेमानी एज एवरी वन इज अवेयर वॉज द बॉस ऑफ द कर्ड फोर्स। कर्ड फोर्स इज लाइक अ मिलिट्री इंटेलिजेंस विंग ऑफ Iranian Revolutionary Guard. Top commander si, terrorist si. Terrorist bilkul nahi the. Una chief si. He was a person who was involved with the regular Iranian Revolutionary Guard ka part tha. So America fir terrorist kyun keh rahe hain? Nahi America to jo jisko bhi terrorist kehta jo unki nahi sunta unko terrorist bol dete hain. That is the thing. Now if he was a terrorist, he would not have played role in Syria, supported Assad against ISIS, Al-Nusra, Al-Qaeda. Matlab he's got a main role ki inka decimation is area mein inne कराया है।
जो शिया मिलिशिया भी इसने रेस की हुई है, he has turned them into a good fighter. नहीं फिर टेररिज्म की कोई परिभाषा है या नहीं है? नहीं, जिम्मे सूट कर दो वो टेररिस्ट कह दो. अभी अमेरिका इज नॉट प्रूव्ड. वो बोलते हैं इसने हमारे इतने अमेरिकन सोल्जर्स मारे हैं. मुझे ये बताइए, मैक्स लास्ट जो मरे थे मैक्सिमम वेयर लॉन्ग बैक इन लेबनन, जब मरीन्स के उधर हिजबुल्ला या समबडी हैड रैम्ड अ एक्सप्लोसिव लेडन व्हीकल. बहुत उसके बाद मुझे बताइए मिडिल ईस्ट में कहां, आई डोंट रिकॉल कोई अमेरिकन ज्यादा मारे हैं. देयर इज सम सब्सटेंस यू सी, दिस फेलो सुलेमानी जो थे, ही इज लाइक द पाकिस्तानी आर्मी, स्पॉन्सर्स ऑफ द डिनायबल्स नॉन स्टेट एक्टर्स. ये जो सारे अमेरिका किसी हद तक सही कह रहे हैं सुलेमानी, बिल्कुल सही कह रहे हैं. चलो एक छोटा ब्रेक लेना, एक छोटा ब्रेक लूंगा, ब्रेक तो वापस आऊंगा, ब्रेक तो वापस आऊंगा. समझौते तोड़न दे विच अमेरिका नूं बड़ी महारत हासिल है की है, जो दिल करदा उह समझौते तोड़ लेते जांदे हैगे. पर इन्हां समझौतां दे विचाले ईरान जदों कहिंदा हैगा कि इन्हां ने साडे नाल वी कीते समझौते तोड़े हन, पता नहीं किहड़े समझौते कीते सी, किहड़े समझौते तोड़े गए हैगे आ, जां विश्व पद्धर से जोड़े समझौते है कि उन्हों का अमेरिका पालन करता कि नहीं करता, अमेरिका की असल लड़ाई है कि है, ट्रंप साहब चाहते कि है कि है, इलैक्शन भी है, इकॉनमी का भी रौला है, तो तीजी विश्व जंग का रौला क्यों पाया, दुनिया ने क्यों परेशान किया. ब्रेक तो वापस आके सारे सवाल हो गए जरूर. कि अमरीका ईरान का तनाव दुनिया वंडियां पा रहा है, इस सवाल से असं बहस कर रहे हैं. हाँ पाठक साहब, तुम गल पूरी कर लो सुलेमानी बारे की कह रहे थे. तो जैसे आपने कहा कि अमेरिका उसको टेररिस्ट मानता है, अब देखिए कई उनको मानेंगे बिकॉज अमेरिकन ही नेवर बॉदर्ड या ईरान बॉदर्स अबाउट अमेरिका. ईरान इज द ओनली कंट्री विच हैज, मतलब जो उधर सबके, मतलब बाकी तो मैक्सिमम जितने भी मिडिल ईस्ट कंट्रीज है वो सब बो डाउन कर गई अमेरिका के सामने. डिस्पाइट इकोनॉमिक सेंक्शंस, इनका इकोनॉमी बिल्कुल ही नीचे गिरा हुआ है, रिसेशन है, अनएम्प्लॉयमेंट है, तभी भी इन लोग ने सेंक्शन को फेस किया हुआ है और अमेरिका को कड़ा जवाब भी दिया बाय शोइंग टू देम कि वो दो जगह मिसाइल अटैक किया और आज सुबह भी आई बिलीव ग्रीन जोन में किया हुआ है. और उनने ये भी है क्योंकि जो मिलिट्री एसेट्स हैं अलाइंड विद पर्शियन गल्फ और गल्फ ऑफ ओमान के पास, ये जो भी बाउंड्री बनती है इसमें बड़े अमेरिकन एसेट्स हैं जो कि ईरान टारगेट कर सकता है. और जो अमेरिका इनको टेररिस्ट बोल रही है, आई एम सरप्राइज, जो बंदे ने ISIS को खत्म किया तब अमेरिका ने क्यों नहीं बोला, जब ये कर रहा था बंदा तब क्यों नहीं इन लोगों ने हल्ला किया. अमेरिका का बेसिकली पर्पस होता है, मिस्टर ट्रंप तो कहते बहुत पहला मार देना चाहिए था सी. नहीं तो मारने की कोशिश तो की बट मारा नहीं. एंड उनका जो पॉलिसी होती है यूज एंड थ्रो, इनडायरेक्टली इसको यूज किया अपना. जैसे इराक में भी काफी स्टेबिलिटी आ गई, आप देख लो मोसुल जो इनके हाथ में नहीं था वो सब आ गया, जहां भी इनका बेस था अनबार में जहां हुआ है वो भी एक टाइम में ISIS का स्ट्रांग होल्ड था. तो अभी आप देखिए ना, अभी अमेरिका उनको तो बोलेगा बिकॉज उनने अपने एक्शन जस्टिफाई करना है. ठीक 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 है खोसला साहब, सवाल सारा पैसे से आकर रुकता है. इकॉनमी के विचाले, रिसैशन के विचाले, अमेरिका पहला भी मंदी का दौर देख चुके हैं, हुण भी देख रहा, इस सब विचाले भारत पर की असर होगा? एक सवाल तो यह है, अमेरिका इस पूरे मामले में खट के की लैके जाएगा, इस टेंशन के विचाले जो खालिद साहब कह रहे हैं गल के कोई वर्ल्ड वार वाली गल नहीं हैगी, इस रोला ही पाया जा रहा, तो खट्टूगा कौन फिर, अमेरिका या ईरान? ਤੁਸੀਂ ਦੋ ਸਵਾਲ ਕੀਤੇ ਜੀ. ਪਹਿਲਾਂ ਪਹਿਲੇ ਤਾਂ ਸਵਾਲ ਜਵਾਬ ਦੇ ਦਾਂ ਕਿ ਭਾਰਤ ਦੇ ਉੱਤੇ ਇਹਦਾ ਕੀ ਅਸਰ ਪਏਗਾ. ਸਭ ਤੋਂ ਪਹਿਲਾਂ ਤਾਂ ਜੀ ਸਾਡਾ ਜਿਹੜਾ ਫੋਰਨ ਐਕਸਚੇਂਜ ਹੈ, ਜਿਹਦੀ ਅਸੀਂ ਹਜੇ ਤੱਕ ਸਰਕਾਰ ਦਾ ਹਨੀਮੂਨ ਪੀਰੀਅਡ ਓਵਰ ਹੋਏਗਾ, ਸਾਡੀ ਜਿਹੜੀ ਫੋਰਨ ਐਕਸਚੇਂਜ ਰਿਜ਼ਰਵਸ ਨੇ $456 billion ਦੀ ਜਿਹੜੀ ਗੱਲ ਹੋ ਰਹੀ ਹੈ ਉਹ ਘਟਣਗੇ. ਜਦੋਂ ਉਹ ਡਾਊਨ ਹੋਏਗਾ ਤਾਂ ਕਰੰਟ ਅਕਾਊਂਟ ਡੈਫੀਸਿਟ, ਹਜੇ ਤੱਕ ਅਸੀਂ ਦੇਖਿਆ ਸਿਰਫ ਫਿਸਕਲ ਡੈਫੀਸਿਟ ਜਿਹੜਾ ਹੈ ਉਹ ਵਧਿਆ ਹੋਇਆ. ਉਹ ਕੱਲ੍ਹ ਵੀ ਇੱਕ ਪਰਸੋਂ ਰਿਪੋਰਟ, 45 ਸਾਲਾਂ ਵਾਲੀ ਅਨਇੰਪਲਾਈਮੈਂਟ ਹੈ ਹੋਰ ਵੱਧ ਜੂਗੀ. ਬਿਲਕੁਲ, ਜਿਹੜੀ ਇੱਕ ਰਿਪੋਰਟ ਆਈ ਹੈ ਨੈਸ਼ਨਲ ਸਟੈਟਿਸਟੀਕਲ ਔਰਗਨਾਈਜੇਸ਼ਨ ਦੀ, ਉਹਨੇ ਵੀ ਇਹੀ ਗੱਲ ਕਹੀ ਹੈ ਕਿ ਸਰਕਾਰ ਦਾ ਜਿਹੜਾ ਬਜਟਡ ਜਿਹੜੀ ਨੋਮੀਨਲ ਜੀ ਡੀ ਪੀ ਗਰੋਥ ਸੀਗੀ ਉਹ ਸਰਕਾਰ ਨੇ ਕਿਹਾ ਸੀ ਕਿ 12% ਹੋਏਗੀ, 212 trillion ਦੀ. ਉਹ ਹੁਣ ਜਿਹੜਾ NSO ਦੇ ਐਸਟੀਮੇਟਸ ਆਏ ਨੇ ਕਿ ਉਹ ਘਟੇਗੀ, ਜਿਹੜੀ ਗਰੋਥ ਹੈ ਉਹ 2.04 trillion 'ਤੇ ਆ ਜਾਏਗੀ. ਹੁਣ ਜਦੋਂ ਇਹਦੇ ਵਿੱਚ ਜਿਹੜੇ ਖਰਚੇ ਆ ਸਾਡੇ, ਜੇ ਖਰਚੇ ਅਸੀਂ ਬੇਸਿਕਲੀ 7 trillion ਜਿਹੜਾ ਸਾਡਾ ਖਰਚਾ ਜੇ ਅਸੀਂ ਉਹਨੂੰ ਵੀ ਲਾ ਕੇ ਚੱਲੀਏ ਤਾਂ ਵੀ ਸਾਡਾ ਫਿਸਕਲ ਡੈਫੀਸਿਟ ਜਿਹੜਾ ਹੈ ਉਹ ਵਧੇਗਾ. ਫਿਸਕਲ ਡੈਫੀਸਿਟ ਸਾਡਾ ਵੱਧ ਰਿਹਾ ਕਿਉਂਕਿ ਸਾਡੇ ਕੋਲ ਪੈਸਾ ਨਹੀਂ ਆ ਰਿਹਾ. ਹੁਣ ਤੇਲ ਦੇ ਰੇਟ ਵਧਣਗੇ ਤਾਂ ਨੈਚੁਰਲੀ ਜਿਹੜਾ ਕਰੰਟ ਅਕਾਊਂਟ ਡੈਫੀਸਿਟ ਹੈ ਸਾਡਾ ਉਹ ਵੀ ਵਧਣਾ ਸ਼ੁਰੂ ਹੋ ਜਾਏਗਾ. ਜਦੋਂ ਕਰੰਟ ਅਕਾਊਂਟ ਡੈਫੀਸਿਟ ਵੀ ਵਧੇਗਾ ਸਾਡੀ ਜਿਹੜੀ ਕਰੰਸੀ ਹੈ ਉਹਦੇ ਉੱਤੇ ਭਾਰ ਆਏਗਾ. ਸਰਕਾਰ ਦੇ ਅਸਲੀ ਟੈਸਟ ਜਿਹੜਾ ਹੈ ਉਹ ਹੁਣ ਸ਼ੁਰੂ ਹੋਏਗਾ, ਹਨੀਮੂਨ ਪੀਰੀਅਡ ਇਹਨਾਂ ਦਾ ਖਤਮ ਹੋ ਕੇ. ਦੂਜਾ ਨਹੀਂ ਨਹੀਂ ਮੈਂ ਅਮਰੀਕਾ ਇਰਾਨ ਦੇ ਸੁਣਾ ਵਿੱਚ ਖੱਟੇਗਾ ਕੌਣ, ਸਾਨੂੰ ਤਾਂ ਨੁਕਸਾਨ ਹੋਵੇਗਾ ਦਿਸਦਾ ਪਿਆ.
ਸਾਨੂੰ ਨੁਕਸਾਨ ਹੋ ਰਿਹਾ ਜੀ ਹਾਂ ਉਹ ਤਾਂ ਦੇਖਦਾ ਪਿਆ 5 ਟ੍ਰਿਲੀਅਨ ਦੇ ਦਾਅਵੇ ਜਿਹੜੇ ਉਹ ਵੀ ਜ਼ੀਰੋ ਹੋ ਜਾਣਗੇ ਜਿਹੜੀ ਵਿਕਰਮ ਜੀਤ ਜੀ ਨੇ ਗੱਲ ਕਹੀ ਹੈ ਵੀ ਅਮਰੀਕਾ ਦੇ ਜਿਹੜੇ ਹਿਡਨ ਇੰਟਰਸਟ ਨੇ ਵੈਸਟਡ ਇੰਟਰਸਟ ਨੇ ਉਹਨਾਂ ਦੇ ਉੱਤੇ ਜਿਹੜੀ ਈਰਾਨ ਨੂੰ ਟਾਰਨਿਸ਼ ਕਰਕੇ ਉਹਨਾਂ ਦੀ ਇਮੇਜ ਖਰਾਬ ਕਰਕੇ ਤਾਂ ਹਿੰਦੁਸਤਾਨ ਜਿਹੜਾ ਹੈ ਦੁਬਾਰਾ ਤੋਂ ਆਪਣੇ ਪੱਖ ਨੂੰ ਲੈ ਕੇ ਆਏਗਾ ਅਮਰੀਕਾ ਹਿੰਦੁਸਤਾਨ ਠੀਕ ਹੈ ਹਾਂ ਖਾਲੀ ਸਾਹਿਬ ਕੀ ਕਰ ਰਹੇ ਨਹੀਂ ਮੈਂ ਇਹਦੇ ਵਿੱਚ ਨਾ ਦੋ ਤਿੰਨ ਐਡ ਕਰਨਾ ਚਾਹੁੰਦਾ ਚੀਜ਼ਾਂ ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਕਿ ਅਗਰ ਉਹ ਰੀਜਨ ਡੀਸਟੇਬਲਾਈਜ਼ ਹੁੰਦਾ ਤਾਂ ਸਾਨੂੰ ਆਪਣੀ ਲੇਬਰ ਫੋਰਸ ਉੱਥੋਂ ਕੱਢਣੀ ਪੈਗੀ ਜਿਵੇਂ ਕਿ ਪਹਿਲਾਂ ਵੀ ਗਲਫ ਕੰਟਰੀ 80 ਲੱਖ ਲੋਕ ਕਹਿੰਦੇ ਹੈਗੇ ਉਹਦੇ ਨਾਲ ਕੀ ਹੋਏਗਾ ਉਹਦੇ ਨਾਲ ਕੀ ਹੋਏਗਾ ਸਾਡੀਆਂ ਗਲਫ ਉਹ ਬੰਦੇ ਜਿਹੜੇ ਆਉਣਗੇ ਉੱਥੋਂ ਤਨਖਾਹਾਂ ਲੈ ਕੇ ਤੇ ਆਉਣਗੇ ਉਹ ਬਹੁਤ ਮੁਸ਼ਕਿਲ ਹਾਲਾਤ ਦੇ ਵਿੱਚ ਨਿਕਲਣਗੇ ਸਾਡੀਆਂ ਰਿਮਿਟੈਂਸਿਸ ਘਟਣਗੀਆਂ ਰਿਮਿਟੈਂਸਿਸ ਜਦ ਘਟਣਗੀਆਂ ਜਿਹੜੇ ਕਿ $30 billion ਦੇ ਕਰੀਬ ਹੈਗੀ ਹੈ ਇਸ ਰੀਜਨ ਦੇ ਵਿੱਚੋਂ ਸਾਡੀ ਰਿਮਿਟੈਂਸ ਉਹ ਸਾਰੀ ਘਟੇਗੀ ਦੂਸਰੀ ਗੱਲ ਇਹ ਹੈਗੀ ਹੈ ਰਿਮਿਟੈਂਸ ਦੇ ਇਲਾਵਾ ਆਇਲ ਦੀ ਸਪਲਾਈ ਸਾਡੀ ਕਿੱਥੋਂ ਜ਼ਿਆਦਾ ਹੈਗੀ ਹੈ ਇਰਾਕ ਸਾਊਦੀ ਅਰੇਬੀਆ ਈਰਾਨ ਇਰਾਕ ਤੋਂ ਸਪਲਾਈ ਘੱਟ ਜਾਏਗੀ ਕਿਉਂਕਿ ਡੀਸਟੇਬਲਾਈਜ਼ ਹੋ ਜਾਏਗਾ ਉਹ ਰੀਜਨ ਔਰ ਤੁਹਾਨੂੰ ਪਤਾ ਇਰਾਕ ਦਾ ਜਿਹੜਾ ਬਾਰਡਰ ਹੈ ਗਲਫ ਦੇ ਉੱਪਰ ਉਹ ਸਿਰਫ 28 kilometers ਦਾ ਬਾਰਡਰ ਹੈ ਯਾਨੀ ਕੋਸਟ ਲਾਈਨ ਸਿਰਫ 28 or 30 kilometers ਹੈ ਇਰਾਕ ਦੀ ਅਗਰ ਉਹ ਬਲੌਕ ਹੋ ਜਾਂਦੀ ਹੈ ਤਾਂ ਤੁਸੀਂ ਤੇਲ ਨਹੀਂ ਉੱਥੋਂ ਲੈ ਸਕਦੇ ਇਹ ਹੋ ਗਿਆ ਉਸ ਤੋਂ ਬਾਅਦ ਤੁਹਾਡੇ ਵਾਸਤੇ ਇੱਕ ਡਿਪਲੋਮੈਸੀ ਦਾ ਚੈਲੇਂਜ ਆ ਜਾਣਾ ਹਾਓ ਟੂ ਬੈਲੈਂਸ ਅਮੈਰੀਕਾ ਅਤੇ ਈਰਾਨ ਦੇ ਵਿੱਚ ਈਰਾਨ ਵੀ ਸਾਡੇ ਕਲੋਜ਼ ਹੈ ਉਹ ਵੀ ਸਾਡੇ ਕਲੋਜ਼ ਹੈ ਇੱਕ ਹੋਰ ਚੀਜ਼ ਜਿਹੜੀ ਇਹਦੇ ਵਿੱਚੋਂ ਨਿਕਲਣੀ ਹੈ ਉਹ ਹੈਗੀ ਹੈ ਕਿ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਜਿਹਨੂੰ ਕਿ ਪਹਿਲਾਂ ਇੰਟਰਨੈਸ਼ਨਲ ਜਿਹੜੀਆਂ ਟ੍ਰੀਟੀ ਸੀਗੀਆਂ ਉਹ ਸੀਗੀਆਂ ਉਹਦੇ ਵਿੱਚ ਥੋੜ੍ਹਾ ਰੁਕਿਆ ਹੋਇਆ ਸੀਗਾ ਉਹ ਹੋਰ ਫਾਸਟ ਹੋ ਜਾਣਾ ਔਰ ਈਰਾਨ ਇੱਕ ਨਿਊਕਲੀਅਰ ਪਾਵਰ ਐਮਰਜ ਹੋਣਾ ਹੀ ਹੋਣਾ ਹੈ ਬੇਸ਼ੱਕ ਇੰਡੀਆ ਉਹਦੇ ਖਿਲਾਫ਼ ਜਿਹੜਾ ਹੈਗਾ ਵੋਟਿੰਗ ਕਰ ਚੁੱਕਿਆ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਦੇ ਖਿਲਾਫ਼ ਇੰਟਰਨੈਸ਼ਨਲ ਉਹਦੇ ਵਿੱਚ ਲੇਕਿਨ ਈਰਾਨ ਜਿਹੜਾ ਹੈਗਾ ਉਹ ਇੱਕ ਨਿਊਕਲੀਅਰ ਪਾਵਰ ਆਉਣ ਵਾਲੇ ਦਿਨਾਂ ਦੇ ਵਿੱਚ ਬਣਨਾ ਹੀ ਬਣਨਾ ਅਤੇ ਟਰੰਪ ਸਾਹਿਬ ਨੇ ਤਾਂ ਕਹਿਤਾ ਵੀ ਉਹ ਸੁਪਨੇ ਪਾਲਣਾ ਛੱਡ ਦੇਵੇ ਮੈਂ ਕਿਹਾ ਜੀ ਟਰੰਪ ਸਾਹਿਬ ਕੁਛ ਵੀ ਕਹੇ ਟਰੰਪ ਜਿਹੜਾ ਹੈਗਾ ਹੀ ਇਜ਼ ਨੋਟ ਰੂਲਿੰਗ ਦ ਵਰਲਡ ਉਹ ਠੀਕ ਹੈ ਕਈ ਜਗ੍ਹਾ ਇਨਫਲੂਐਂਸ ਕਰ ਸਕਦਾ ਲੇਕਿਨ ਦੈਟ ਡਜ਼ ਨੋਟ ਮੀਨ ਕਿ ਹਰ ਕੰਟਰੀ ਉਹਦੇ ਮੁਤਾਬਿਕ ਹੀ ਚੱਲੇ ਠੀਕ ਹੈ ਵਿਕਰਮਜੀਤ ਟਰੰਪ ਸਾਹਿਬ ਨੂੰ ਇਹੋ ਲੱਗਦਾ ਕਿ ਜਿਵੇਂ ਖਾਲੀ ਸਾਹਿਬ ਕਹਿ ਰਹੇ ਕਿ ਉਹ ਸਾਰੇ ਵਰਡ 'ਤੇ ਥੋੜ੍ਹੀ ਰੂਲ ਕਰ ਰਿਹਾ ਪਰ ਟਰੰਪ ਸਾਹਿਬ ਨੂੰ ਇਹ ਲੱਗਦਾ ਕਿ ਉਹ ਸਾਰੇ ਵਰਡ 'ਤੇ ਰੂਲ ਕਰ ਰਹੇ ਨਹੀਂ ਦੇਖੋ ਟਰੰਪ ਦੀ ਬੜੀ ਇਰਾਟਿਕ ਫੋਰਨ ਪਾਲਿਸੀ ਚੋਇਸਿਸ ਹੁੰਦੀਆਂ ਨੇ ਔਰ ਤੁਹਾਨੂੰ ਇਹ ਵੀ ਸ਼ਾਇਦ ਇਮਰਜਿੰਗ ਫੈਕਟ ਆ ਵੀ ਆ ਰਿਹਾ ਕਿ ਜਿਹੜੇ ਉਹਨੇ ਟਰੰਪ ਦੇ ਮੇਨ ਅਲਾਈਜ਼ ਨੇ ਇਨ ਦ ਗਲਫ ਰੀਜਨ ਸਾਊਦੀ ਅਰੇਬੀਆ ਐਂਡ UAE ਉਹ ਵੀ ਬਹੁਤ ਅਪਸੈਟ ਨੇ ਐਟ ਟਰੰਪਸ ਲੇਟੈਸਟ ਅਟੈਕ ਔਨ ਇਰਾਨ ਜਿਹੜਾ ਸੁਲੇਮਾਨੀ ਨੂੰ ਉਹਨਾਂ ਨੇ ਮਾਰਿਆ ਦੇ ਆਰ ਨੋਟ ਹੈਪੀ ਵਿਦ ਇਟ ਬਿਕੋਜ਼ ਨਹੀਂ ਤੇ ਉਹ ਤਾਂ UN ਦੇ ਵਿੱਚ ਜਾ ਕੇ ਕਹਿੰਦੇ ਸੈਲਫ ਡਿਫੈਂਸ 'ਚ ਮਾਰਿਆ ਸੀ ਨਹੀਂ ਉਹ ਤਾਂ ਕਹਿ ਰਹੇ ਨੇ ਬਟ ਇਨਵਰਡਲੀ ਦੇ ਆਰ ਨੋਟ ਹੈਪੀ ਬਿਕੋਜ਼ ਅਗਰ ਗਲਫ ਡੀਸਟੈਬਲਾਈਜ਼ ਹੁੰਦਾ ਹੈ ਤਾਂ ਦੀਸ ਗਲਫ ਸਟੇਟਸ ਵਿਲ ਬੀ ਵੈਰੀ ਬੈਡਲੀ ਹਿਟ ਤੁਸੀਂ ਦੇਖੋ UAE ਇਜ਼ ਔਰਗਨਾਈਜ਼ਿੰਗ ਅ ਵਰਲਡ ਐਕਸਪੋ ਇਨ ਅਕਟੋਬਰ ਉਹਦੇ ਬਾਅਦ ਸਾਊਦੀ ਅਰੇਬੀਆ ਇਜ਼ ਔਰਗਨਾਈਜ਼ਿੰਗ ਅਨਦਰ ਬਿਗ ਵਰਲਡ ਇਵੈਂਟ ਠੀਕ ਹੈ ਗਲੋਬਲ G20 ਨੇਸ਼ਨਸ ਦਾ ਕਰ ਰਹੇ ਨੇ ਸੋ ਇਫ ਇਹ ਗਲਫ ਰੀਜਨ ਡੀਸਟੈਬਲਾਈਜ਼ ਹੋ ਜਾਂਦਾ ਹੈ ਦੈਨ ਦੀਸ ਗਲਫ ਸਟੇਟਸ ਜਿਹੜੀਆਂ ਨੇ ਦੇ ਸਟੈਂਡ ਟੂ ਲੂਜ਼ ਵੈਰੀ ਹੈਵੀਲੀ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਵਿੱਚ ਆਈ ਥਿੰਕ ਇਜ਼ ਵੈਰੀ ਇੰਪੋਰਟੈਂਟ ਫਰੋਮ ਇੰਡੀਆਸ ਪੁਆਇੰਟ ਆਫ ਵਿਊ ਕਿ ਇਹ ਜਿਹੜਾ ਇੰਡੀਆ ਨੇ ਬਹੁਤ ਹੀ ਅਮੈਰੀਕਾ ਟਿਲਟ ਲੈ ਲਿਆ ਇਨ ਆਰ ਫੋਰਨ ਪਾਲਿਸੀ ਉਹ ਹੁਣ ਬੜੀ ਮੁਸ਼ਕਲ ਹੋ ਗਈ ਹੈ ਟੂ ਬੈਲੈਂਸ ਵਿਦ ਇੰਟਰਸਟ ਵਿਦ ਈਰਾਨ ਐਂਡ ਅਮਰੀਕਾ ਹੁਣ ਵੀ ਸਾਡੇ ਵਿਦੇਸ਼ ਮੰਤਰਾਲੇ ਨੇ ਚਾਬਾਰ ਦੀ ਗੱਲ ਕੀਤੀ ਔਰ ਤੁਸੀਂ ਇੱਕ ਗੱਲ ਨੋਟ ਕਰੋ ਪ੍ਰੋਜੈਕਟ ਦੀ ਗੱਲ ਕੀਤੀ ਹਾਂ ਚਾਬਾਰ ਇਜ਼ ਅਫੈਕਟਡ ਤੁਸੀਂ ਇਹ ਗੱਲ ਨੋਟ ਕਰੋ ਕਿ ਜਦ US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਆਫਟਰ ਕਿਲਿੰਗ ਸੋਲਾਮਨੀ ਉਹਨੇ 15 ਟੌਪ ਨੇਸ਼ਨਸ ਨੂੰ ਫੋਨ ਕੀਤੇ ਨੇ ਇੰਡੀਆ ਵਾਜ ਨੋਟ ਇੰਕਲੂਡਿਡ ਬਾਏ ਅਮਰੀਕਾ ਔਰ ਇਹ ਸ਼ੋਅ ਕਰਦਾ ਕਿ ਇੰਡੀਆ ਵਾਂਟਸ ਟੂ ਬੀ ਸਟ੍ਰੈਟੇਜਿਕ ਪਾਰਟਨਰ ਆਫ ਦ US ਬਟ US ਨੇ ਸਾਡੇ ਇੰਟਰਸਟ ਜੋ ਸਭ ਤੋਂ ਬੈਡਲੀ ਹਿੱਟ ਹੋਣਗੇ ਇਨ ਟਰਮਸ ਆਫ ਅ ਰੀਜਨਲ ਕਨਫਲਿਕਟ ਤੇ ਫਿਰ ਇੰਡੀਆ ਪਰਵਾਹ ਨਹੀਂ ਕੀਤੀ ਨਹੀਂ ਇੰਡੀਆ ਫਿਰ ਹੁਣ ਕਿੱਥੇ ਖੜੇ ਈਰਾਨ ਨਾਲ ਖੜੇ ਅਮਰੀਕਾ ਨਾਲ ਖੜੇ ਇੰਡੀਆ ਦੋਨੋਂ ਕਿਸੇ ਨਾਲ ਨਹੀਂ ਖੜੀ ਹੋ ਰਹੀ ਐਟ ਦ ਮੋਮੈਂਟ ਦੇ ਆਰ ਜਸਟ ਟਰਾਈਂਗ ਟੂ ਯੂ ਨੋ ਨੋਟ ਕੰਡੈਮ ਆਈਦਰ ਸਾਈਡ ਤੁਸੀਂ ਇੰਡੀਆ ਦੀ ਫੋਰਨ ਪਾਲਿਸੀ ਸਟੇਟਮੈਂਟਸ ਦੇਖੋ ਦੇ ਆਰ ਬੀਂਗ ਉਹ ਕਹਿੰਦੇ ਨੇ ਐਨੋਡਾਈਨ ਨਾ ਇਹਨੂੰ ਕੁਛ ਕਿਹਾ ਨਾ ਉਹਨੂੰ ਕੁਛ ਕਿਹਾ ਦੇਖੋ ਵਰਲਡ ਵਿੱਚ ਜਦ ਕੌਨਫਲਿਕਟ ਹੁੰਦੇ ਨੇ ਯੂ ਹੈਵ ਟੂ ਟੇਕ ਅ ਸਟ੍ਰੈਟੇਜਿਕ ਚੋਇਸ ਯੂ ਹੈਵ ਟੂ ਸਟੈਂਡ ਅਪ ਐਂਡ ਬੀ ਕਾਊਂਟਡ ਵੈਨ ਯੋਰ ਓਨ ਇੰਟਰਸਟ ਇੰਡੀਆ ਦਾ ਇੰਟਰਸਟ ਸਭ ਤੋਂ ਬੈਡਲੀ ਹਿੱਟ ਹੋ ਰਹੇ ਨੇ ਪਾਠਕ ਸਾਹਿਬ ਜਿਹੜੀ ਗੱਲ ਇਹਨਾਂ ਨੇ ਕਹੀ ਵਿਕਰਮਜੀਤ ਸਰਾਂ ਨੇ ਕਿ ਇੰਡੀਆ ਦੇ ਇੰਟਰਸਟ ਜਿਹੜੇ ਸਭ ਤੋਂ ਜ਼ਿਆਦਾ ਹਿੱਟ ਹੋਣਗੇ ਪਰ ਜੋ ਮਿਸਟਰ ਟਰੰਪ ਨੇ ਕਿਹਾ ਜਰਮਨੀ ਚੀਨ ਰੂਸ ਅਤੇ ਬ੍ਰਿਟੇਨ ਇਸ ਗੱਲ ਨੂੰ ਸਮਝਣ ਕਿ ਈਰਾਨ ਕਿਸ ਤਰ੍ਹਾਂ ਨਾਲ ਪਰਾਣੂ ਬੰਬ ਬਣਾਓ ਕੇ ਦਹਿਸ਼ਤਗਰਦਾਂ ਦੀ ਮਦਦ ਕਰ ਸਕਦਾ ਇਸ ਸਭ ਚੱਲ ਇੰਡੀਆ ਦਾ ਕਿਤੇ ਜ਼ਿਕਰ ਨਹੀਂ ਹੈਗਾ ਇਹ ਤੋਂ ਇੰਡੀਆ ਕਾ ਕਿਆ ਕਰਨਾ ਹੈ ਜ਼ਿਕਰ ਕਰਕੇ ਵੀ ਅਮਰੀਕਾ ਇੰਡੀਆ ਜ਼ਿਕਰ ਕਿਉਂ ਨਹੀਂ ਕਰਨਾ ਚਾਹੁੰਦਾ ਅਮਰੀਕਨ ਅਗਰ ਬੋਲਤਾ ਹੈ ਕੈਨ ਯੂ ਬਿਲੀਵ ਇਟ ਕਿ ਇਨਕਾ ਨਿਊਕਲੀਅਰ ਪ੍ਰੋਗਰਾਮ ਹੋਗਾ ਬਟ ਇਨਕੇ ਪਾਸ ਔਨ ਗਰਾਊਂਡ ਆਪ ਸੋਚ ਰਹੇ ਹੋ ਸਕਤਾ ਹੈ ਫਿਜ਼ਾਈਲ ਮਟੀਰੀਅਲ ਮੇ ਬੀ ਹੋਗਾ ਬਟ ਇਨਕੇ ਪਾਸ ਕੰਪੋਜ਼ਿਟ ਨਿਊਕਲੀਅਰ ਕੰਪੋਨੈਂਟਸ ਤੋ ਆਈ ਡਾਊਟ ਕਿ ਈਰਾਨ ਕੇ ਪਾਸ ਹੋਗਾ ਠੀਕ ਹੈ ਵੋ ਸੇਮ ਵੋਹੀ ਗਰਾਊਂਡ ਬਣਾ ਰਹਾ ਹੈ ਜੈਸੇ ਇਰਾਕ ਮੇਂ ਬੋਲਾ ਥਾ ਕਿ
WMD है, वेपन ऑफ मास डिस्ट्रक्शन, और फिर हमला बोल दिया जो यहाँ रिस्क नहीं लेगा, बिकॉज इराक वॉज अ डिफरेंट बेबी, ईरान इज अ डिफरेंट बेबी, तो दोनों को कंपेयर नहीं कर सकते हैं। मगर जैसे अभी ये बता रहे थे US इंटरेस्ट, अभी 14 तारीख को फॉरेन मिनिस्टर ऑफ ईरान इंडिया आ रहा है अलॉन्ग एंड डेप्टी NSA ऑफ USA, वो भी इंडिया आ रहे हैं 14 को, रायसाना समिट है, बिल्कुल ठीक है। तो उस दिन पता लगेगा कि हमारा टिल्ट किस तरफ है और क्या हम लोग कह रहे हैं दोनों को। नहीं पर एक चीज मैं पाठक साहब जरूर जानना चाहता, साढ़े दर्शक भी जानना चाहते हैं कि जो इंडिया को गल करता है इंडिया US के प्रोस्पेक्टिव में गल करता है हमेशा, जो अमेरिका गल करता है उदो इंडिया का प्रोस्पेक्टिव कितने नहीं होता। आई थिंक तुसी जस्ट इंटरवीन वन सेकंड, माइक पोम्पियो की स्टेटमेंट देखो आफ्टर स्पीकिंग विद जयशंकर, आ फॉरेन मिनिस्टर जयशंकर रहेंगे आप, एंड माइक पोम्पियो वाज वेरी ब्रीफ स्टेटमेंट, उन्हें देखे अस कहना असी अटैक करांगे अगर साडे एलाइज थ्रेटन होंगे, ही डिड नॉट बॉदर वन वर्ड अबाउट इंडियन इंटरेस्ट। सेकेंडली पाकिस्तान गेन्स एट द स्ट्रैटेजिक लेवल फ्रॉम अ कॉन्फ्लिक्ट इन द गल्फ। तुसी देखो अमेरिका इज नाउ रिंगिंग अप जनरल बाजवा डायरेक्टली, और अमेरिका हैज रिज्यूम्ड मिलिट्री ट्रेनिंग फॉर पाकिस्तानी मिलिट्री फोर्सेस। जब भी गल्फ विच कॉन्फ्लिक्ट आंदा हैगा अमेरिका इंडिपेंडेंस अपॉन पाकिस्तान बिकॉज ऑफ इट्स जियो स्ट्रेटेजिक लोकेशन, इट्स क्लोज फ्रेंडशिप विद द गल्फ स्टेट्स एंड ईरान, ईरान नाल भी इन्हों का इन्ना माड़ा नहीं जिन्ना असं सोचते हैं। और सब तो वड्डी गल ये प्रॉब्लम जो फेयर आ रहा है कि अगर अमेरिका इनवॉल्व हो जाता इन अ गल्फ रीजनल कॉन्फ्लिक्ट, तो जिहड़ा इंडिया नू इंडिया सोचता है कि अमेरिका विल हेल्प इट इन द इंडो पैसिफिक बाय कंटेनिंग चाइना, दैट रोल बिकम्स डाइल्यूटेड इफ दे गेट इन्वॉल्वड इन द गल्फ सिचुएशन। ठीक है, एक बहुत महत्वपूर्ण बड़ा महत्वपूर्ण पॉइंट है, मैं खाली साहब आऊंगा तुहाडे कोल, एक छोटा ब्रेक लैके ब्रेक तो वापस आवांगे। जो पाकिस्तान का जिक्र आता तो इंडिया जिद्दी जी एंटी पाकिस्तान पॉलिसी हैगी है उस सब दे विचाले अमेरिका ईरान का जिहड़ा तनाव हैगा वो कित्थे जाके खड़ता हैगा, जो पाकिस्तान के जनरल नू फोन आता है फौज मुखी नू फोन आता है उसका मतलब की हैगा, उत्थे इंडिया आपदे आप नू कित्थे खड़ा महसूस करे, पाकिस्तान का इस पूरे मामले दे विच किस तरीके ना प्लान हैगा, जां पाकिस्तान इस गेम प्लान के पिछे कितने परदे पिछे कोई भूमिका तो नहीं निभा रहा, इस सवाल में आकर डिस्कस करना लाजमी हैगा। ब्रेक तो वापस आ रहे वड्डा सवाल ये पुछे कि अमरीका ईरान का तनाव दुनिया च वंडियां पा रहा। खालिद साहब तुम अपनी गल भी पूरी कर लो, मैं लगता शायद पाकिस्तान से कुछ रिएक्ट करना चाह रहे थे। नहीं मैं तो यही गल कह रहा कि इस सिचुएशन अगर गल्फ रीजन डिस्टेबलाइज होंगे और तुम पता है भी पाकिस्तान जोड़ा है वह गल्फ के बिल्कुल धाने के उपर है तो वह तो गेन करेगा ही करेगा, लेकिन दूसरी गल हैगी है कि दो मेजर इशूज जोड़े है होर इन जोड़े आए हैं। पहली तो चीज़ यह हैगी है कि इराक की पार्लीमेंट ने यह फैसला करना है रेजोल्यूशन पास करना कि अमेरिका अपन फोर्सिज इतों क्ढे, एक बहुत वीडी स्टेटमेंट है। दूसरी चीज़ हैगी है अफगानिस्तान जिथे एक पासे तो अमेरिकन फौजा बैठी, दूसरे पास बहुत ही क्लोज रिलेशनशिप है ईरान के नाल, कल्चरल भी हिस्टोरिकल भी रिलीजियस भी बहुत बहुत तरह का उन्होंने तालमेल है। ये पाकिस्तान गेन करेगा, इंडिया जोड़ा हैगा वह इनक्रीजिंगली इररेलीवेंट हो रहा है। क्यों इररेलीवेंट हो रहा, जिमें क्या है कि असी कह रहे हैं भी फलाने फोन कर लो फलाने फोन कर लो, सानू किसी ने नहीं पूछा एक्सैप्ट ईरान के फॉरन मिनिस्टर ने कहा कि अंबैसडर ने कहा कि अगर इंडिया कोई पहल करता असं वेलकम करा, लेकिन इंडिया दे विच हथ की है पहल करनु, क्या असी ईरान दे इंटरेस्ट दे मुताबिक चलांगे या अमेरिका दे इंटरेस्ट दे मुताबिक चलांगे या असी बिल्कुल न्यूट्रल रहांगे। अगर बिल्कुल न्यूट्रल रहना तो जिस वेले कोई अटैक होया किसी का सैकेंड मोस्ट पावरफुल बंदा जिहड़ा हैगा उन्होंने कंट्री च मारता है, सानू खड़े होकर कहना चाहिए भी गलत हो गया भी, वह भी नहीं कहा असी, वह कह भी नहीं सकते क्योंकि कहांगे तो साडे स्ट्रैटेजिक इंटरेस्ट इजराइल नाल भी जुड़े हुए हैं, उधर पाकिस्तान अमेरिका नाल भी जुड़े हैंगे। इजराइल साडा सैकेंड लार्जेस्ट डिफेंस डिफेंस सप्लायर है इस वेले, स्ट्रैटेजिक पार्टनर है साडा इस वेले, और इजराइल दी ईरान दे नाल रज के 36 दा आंकड़ा हैगा। इस करके एक एक बड़ा ना जिन्हों कहिंदे एक मड बनया होया सारा, पता नहीं लगदा गेन कर रहे इंडिया फस गया, इंडिया जिहड़ा हैगा यस, क्योंकि इंडिया नूं एज ए मेजर पावर इंडिया नूं एक पोजीशन लेनी चाहिए कि इस सिचुएशन दे विच, वो पोजीशन जिहड़े हैगे इंडिया नहीं लै सकिया। ठीक है, राजीव खोसला जी
फिर इकॉनमी तो सवाल जरूर उठता जो इंडिया फसया हो स्थिति इकॉनमी का इशू तो सारे वर्ल्ड है कल इंडिया ना तो रिलेटड नहीं है पर इंडिया के हम नौजवानों को तैयार रहना पेगा तुम्हारी नौकरियां जाएगा तुम्हें होर रुजगार नहीं मिलना गा महंगाई होर वधेगी ये जो सारे दावे वादे जो सब किए जा रहे हैं वो सब कुछ ये निर्भर करता है कि वर्ल्ड के शांति है या नहीं वर्ल्ड के इकॉनमी की स्थिति है कि नहीं जी 2001 के विजन डॉक्यूमेंट बनया से विजन 2020 ਉਹਦੇ ਵਿੱਚ ਇਹ ਚੀਜ਼ ਬੜੇ ਸਪਸ਼ਟ ਤੌਰ 'ਤੇ ਦੱਸੀ ਗਈ ਸੀ ਕਿ ਜਦੋਂ 2020 ਆਏਗਾ ਤਾਂ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਇੱਕ ਦਹਾਕਾ ਜਿਹੜਾ 2020 ਤੋਂ 30 ਦਾ ਹੈ ਉਹਦੇ ਸਾਡੀ ਪਾਪੂਲੇਸ਼ਨ ਜਿਹੜੀ ਹੈ ਏਜਿੰਗ ਪਾਪੂਲੇਸ਼ਨ ਬਣ ਕੇ ਨਿਕਲੇਗੀ ਉਹ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਜੇ ਅਸੀਂ ਡਾਟਾ ਵੀ ਦੇਖਦੇ ਹਾਂ ਤਾਂ ਡਾਟਾ ਇਹ ਕਹਿੰਦਾ ਕਿ ਜਿਹੜੇ ਪਹਿਲਾਂ 81 ਲੋਕ ਜਿਹੜੇ ਸੀ 1990s ਦੇ ਵਿੱਚ 1990 ਦੇ ਵਿੱਚ 81 ਲੋਕ ਸੀਗੇ ਜਿਹੜੇ 100 ਵਰਕਿੰਗ ਪਾਪੂਲੇਸ਼ਨ ਦੇ ਉੱਤੇ ਡਿਪੈਂਡੈਂਟ ਸੀ ਜਿਹੜੇ ਕਿ ਘੱਟ ਕੇ 50 ਰਹਿ ਗਏ ਹੁਣ ਹੁਣ ਉਹ ਜਿਹੜੀ ਵਰਕਿੰਗ ਪਾਪੂਲੇਸ਼ਨ ਹੈ ਉਹ ਹੋਰ ਘਟੇਗੀ ਜਿੱਦਾਂ ਜਿਹੜੀ ਖਾਲਦ ਸਾਹਿਬ ਨੇ ਗੱਲ ਕਹੀ ਹੈ ਵੀ ਜਦੋਂ ਇੱਥੇ ਅਨਇੰਪਲੋਇਮੈਂਟ ਸਾਨੂੰ ਪਤਾ ਵੀ ਪਹਿਲਾਂ ਹੀ ਜ਼ਿਆਦਾ ਜਦੋਂ ਉੱਥੋਂ ਦਾ ਫੋਰਸ ਜਿਹੜੀ ਹੈ ਖਾੜੀ ਤੋਂ ਇੱਧਰ ਨੂੰ ਪਾਸੇ ਹਿੰਦੁਸਤਾਨ ਨੂੰ ਆਉਣਗੇ ਸਾਡੇ ਲੋਕ ਵਾਪਸ ਤਾਂ ਅਨਇੰਪਲੋਇਮੈਂਟ ਜਿਹੜੀ ਹੈ ਹੋਰ ਜ਼ਿਆਦਾ ਪ੍ਰੋਬਲਮੈਟਿਕ ਹੋ ਜਾਏਗੀ ਅਤੇ ਇਹ 'ਚ ਮੈਂ ਹੋਰ ਇੱਕ ਮੈਂ ਹੋਰ ਐਡ ਕਰ ਲਾਂ ਤੁਸੀਂ ਦੇਖੋ ਵੀ OIC ਦੀ ਮੀਟਿੰਗ ਜਿਹੜੀ ਹੈਗੀ ਹੈ ਪਾਕਿਸਤਾਨ ਦੇ ਕਹੇ 'ਤੇ ਸ਼ਾਇਦ ਮੰਨ ਗਿਆ ਸਾਊਦੀ ਅਰੇਬੀਆ ਬੁਲਾਉਣ ਵਾਸਤੇ ਔਨ ਕਸ਼ਮੀਰ ਉਹਦੇ ਵਿੱਚ ਇੱਕ ਇਸ਼ੂ ਜਿਹੜਾ ਹੈਗਾ ਉਹ ਡਿਸਕਸ ਹੋ ਸਕਦਾ ਜਿਹੜਾ ਕਿ ਕਈ ਐਕਸਪਰਟਸ ਨੇ ਕਿਹਾ ਕਿ ਇੰਡੀਆ ਦੀ ਜਿਹੜੀ ਲੇਬਰ ਫੋਰਸ ਉਹ ਇੰਪਲੋਏ ਕਰਦੇ ਹੈ ਉਹਦੇ ਪਰ ਕਿਤੇ ਨਾ ਕਿਤੇ ਰੈਸਟ੍ਰਿਕਸ਼ਨ ਲੱਗ ਸਕਦੀ ਹੈ ਅਗਰ ਇਹ ਹੁੰਦਾ ਤਾਂ ਦੈਟ ਵਿਲ ਬੀ ਏ ਡਬਲ ਬਲੋ ਫੋਰ ਇੰਡੀਆ ਠੀਕ ਹੈ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਵਿਪਨ ਪਾਠਕ ਜੀ ਮੈਂ ਇੱਕ ਚੀਜ਼ ਤੁਹਾਡੇ ਤੋਂ ਸਮਝਣਾ ਚਾਹੁੰਦਾ ਜਦੋਂ ਮਿਸਟਰ ਟਰੰਪ ਇਰਾਨ ਦੇ ਰਿਟੈਲੀਏਸ਼ਨ ਤੋਂ ਬਾਅਦ ਸਾਹਮਣੇ ਆਉਂਦੇ ਆ ਉਹਨਾਂ ਦੀ ਬਾਡੀ ਲੈਂਗੁਏਜ ਕੀ ਕਹਿੰਦੀ ਹੈ ਮਿਸਟਰ ਟਰੰਪ ਮੈਨੂੰ ਉਹੋ ਜਿਹੇ ਤਾਂ ਨਹੀਂ ਲੱਗੇਗੇ ਤੁਸੀਂ ਬਿਹਤਰ ਜਾਣਦੇ ਹੋਵੋਗੇ ਜਿਸ ਤਰ੍ਹਾਂ ਅਕਸਰ ਉਹ ਪੇਸ਼ ਆਉਂਦੇ ਆ ਇਉਂ ਲੱਗਦਾ ਸੀ ਉਹ ਸਕ੍ਰਿਪਟਡ ਬੋਲਦੇ ਪਏ ਆ ਉਹਨਾਂ ਦੇ ਮਨ ਵਿੱਚ ਕੁਛ ਹੋਰ ਹੈ ਬੋਲ ਕੁਛ ਹੋਰ ਰਹੇ ਆ ਤੁਹਾਨੂੰ ਵੀ ਇਉਂ ਲੱਗਿਆ ਨਹੀਂ ਜੋ ਆਪ ਬੋਲ ਰਹੇ ਬਿਲਕੁਲ ਸਹੀ ਬੋਲ ਰਹੇ ਦੇਖੋ ਅਭੀ ਕਹੀਂ ਨਾ ਕਹੀਂ ਉਸਨੇ ਸਟੈਪ ਤੋਂ ਲੈ ਲਿਆ ਹੈ ਬਟ ਇਹ ਜੋ ਵਰਲਡ ਵਾਰ 3 ਕਾ ਚੱਕਰ ਹੈ ਜੋ ਇਹ ਬੋਲ ਰਹਾ ਹੈ ਇਹ ਜ਼ਿਆਦਾ ਐਸਕੇਲੇਟ ਨਹੀਂ ਹੋਗੀ ਐਂਡ ਜੋ ਐਕਚੁਅਲ ਜੋ ਮੈਂ ਦੇਖ ਸਕਦਾ ਹਾਂ ਉਹ ਬੇਸਿਕਲੀ ਜੋ ਫੋਕਸ ਹੋਗਾ ਉਹ ਹੋ ਜਾਏਗਾ ਡਿਜੀਟਲ ਵਾਰਫੇਅਰ ਮੈਂ ਜੋ ਈਰਾਨ ਕੀ ਵੀ ਕਾਫੀ ਅੱਛੀ ਕੇਪੇਬਿਲਿਟੀ ਬਿਕੋਜ ਗਰਾਊਂਡ ਵਾਰਫੇਅਰ ਮੈਂ ਈਰਾਨ ਕੋ ਪ੍ਰੋਬਲਮ ਹੈ ਬਿਕੋਜ ਟੈਕਨੀਕਲੀ ਉਹ ਲੋਕ ਇਤਨੇ ਐਡਵਾਂਸ ਨਹੀਂ ਹੈ ਬਟ ਜੋ ਸਾਈਬਰ ਅਟੈਕਸ ਔਨ ਕ੍ਰਿਟੀਕਲ ਇਨਫਰਾਸਟ੍ਰਕਚਰ ਇਹ ਕਾਫੀ ਕੇਪੇਬਲ ਹੈ ਇਹਨੇ ਪਹਿਲੇ ਵੀ ਕਰ ਚੁੱਕੇ ਹੈ ਔਰ ਇਸਸੇ ਇਨਕੇ ਇੰਟੀਰੀਅਰ ਇਕਾਨਮੀ ਇਸਮੇ ਹਾਰਮ ਕਰ ਸਕਤੇ ਹੈ ਇਨਕਲੂਡਿੰਗ ਡੈਮਸ ਮਤਲਬ ਮੇਰੇ ਕੋ ਯਹੀ ਲੱਗ ਰਿਹਾ ਕਿ ਅਭੀ ਥੋੜੇ ਬਹੁਤ ਤੋਂ ਇਹ ਉੱਪਰ ਨੀਚੇ ਚਲਤਾ ਰਹੇਗਾ ਇਰਾਕ ਬੇਸਿਸ ਮੈਂ ਮਗਰ ਉਸਕੇ ਬਾਅਦ ਇਟ ਵਿਲ ਬੀ ਬੇਸਿਕਲੀ ਅ ਡਿਜੀਟਲ ਵਾਰਫੇਅਰ ਇੱਕ ਜਿਹੜੀ ਚੀਜ਼ ਇਰਾਨ ਨੇ ਕਿਹਾ ਕਿ ਅਸੀਂ 80 ਫੌਜੀ ਮਾਰਤੇ ਆ ਅਮਰੀਕਾ ਦੇ ਜਾਂ ਅਸੀਂ ਲੋਕਾਂ ਨੂੰ ਮਾਰਤਾ ਹੈਗਾ ਟਰੰਪ ਨੇ ਇੱਕੋ ਝਟਕੇ ਦੇ ਵਿੱਚ ਡਿਨਾਈ ਕਰਤਾ ਦੂਜਾ ਜਿਹੜੀਆਂ ਤਸਵੀਰਾਂ ਉਹਨਾਂ ਨੇ ਦਿਖਾਈਆਂ ਹੈਗੀਆਂ ਤਸਵੀਰਾਂ ਵਿੱਚ ਸਭ ਕੁਝ ਤਹਿਸ ਨਹਿਸ ਨਜ਼ਰ ਆਉਂਦਾ ਪਿਆ ਹੈਗਾ ਤੇ ਟਰੰਪ ਸਾਹਿਬ ਸੱਚੇ ਹੈ ਕਿ ਇਰਾਨ ਨਹੀਂ ਅਗਰ ਬੰਦੇ ਮਰੇ ਹੋਤੇ ਦੇਖੋ ਉਹ ਛੁਪਾ ਨਹੀਂ ਸਕਤੇ ਕਿਉਂਕਿ ਬਾਡੀ ਬੈਗ ਜਾਏਂਗੇ ਇਹ ਜਾਏਂਗੇ ਉਹ ਫਿਰ ਇਰਾਨ ਨੇ ਝੂਠ ਬੋਲਿਆ ਮਤਲਬ ਇਰਾਨ ਨੇ ਇਸਮੇ ਤੋਂ ਝੂਠ ਲੱਗਤਾ ਬੋਲਾ ਹੋਗਾ ਬਿਕੋਜ਼ ਅਗਰ ਬਾਡੀ ਕਹਾਂ ਜਾਏਂਗੀ ਜਾਏਂਗੀ ਤਾਂ USA ਵਿਕਰਮਜੀਤ ਅਕਸਰ ਅਸੀਂ ਝੂਠ ਕਹਿੰਦੇ ਆ ਟਰੰਪ ਸਾਹਿਬ ਦੇ ਪਰ ਇੱਥੇ ਹਾਂ ਯੂ ਹੈਵ ਟੂ ਅੰਡਰਸਟੈਂਡ ਇਟਸ ਨਾਟ ਸੋ ਸਿੰਪਲ ਇਰਾਨ ਨੇ ਇੱਕ ਐਸਕਲੇਟਰੀ ਸਟੈਪ ਲਿੱਤਾ ਬਟ ਐਕਚੁਲੀ ਇਟ ਵਾਸ ਮੈਂਟ ਟੂ ਡੀ ਐਸਕਲੇਟ ਦੇ ਵਾਂਟ ਦੀ ਇਰਾਕੀ ਪ੍ਰਾਈਮ ਮਿਨਿਸਟਰ ਬਿਫੋਰ ਦੀ ਮਿਜ਼ਾਈਲ ਸਟ੍ਰਾਈਕ ਅਸੀਂ ਫਾਇਰ ਕਰਨ ਲੱਗੇ ਹਾਂ ਇਰਾਕੀ ਪ੍ਰਾਈਮ ਮਿਨਿਸਟਰ ਲੀਕਡ ਟੂ ਅਮੈਰੀਕਾ ਸੋ ਦੇ ਨਿਊ ਦੇ ਵਰ ਕਮਿੰਗ ਸੋ ਇਰਾਨ ਦਾ ਕੀ ਹੋਇਆ ਇਰਾਨ ਨੇ ਸਟ੍ਰਾਈਕ ਕੀਤਾ ਉਹ ਐਮਟੀ ਹੈਂਗਰ ਸੀ ਏਅਰਕ੍ਰਾਫਟ ਜਿੱਥੇ ਲੱਗੀਆਂ ਨੇ ਸੋ ਦੇ ਗੇਵ ਅ ਸਿਗਨਲ ਟੂ ਦੇ ਡੋਮੈਸਟਿਕ ਆਡੀਅੰਸ ਕਿ ਅਸੀਂ ਅਮੈਰੀਕਾ 'ਤੇ ਰਿਵੈਂਜ ਲੈ ਲਿਆ ਕਨਵੈਨਸ਼ਨਲੀ ਠੀਕ ਹੈ ਨਾ ਬਟ ਵੀ ਹੈਵ ਨੋਟ ਐਕਚੁਲੀ ਕਿਸੇ ਨੂੰ ਇਹਨਾਂ ਨੇ ਮਾਰਿਆ ਨਹੀਂ ਸੋ ਇਹਦੇ ਨਾਲ ਇਹ ਸ਼ੋਅ ਕਰਦਾ ਹੈਗਾ ਕਿ ਇਰਾਨ ਨੇ ਆਪਣੀ ਜਿਹੜੀ ਕਹਿੰਦਾ ਨਾ ਪਬਲਿਕ ਇਮੇਜ ਜਿਹੜੀ ਪਰਸੈਪਸ਼ਨ ਜਿਹੜੀ ਬਣਾਉਣੀ ਉਹ ਇਹਨਾਂ ਨੇ ਬਣਾ ਲਈ ਕਿ ਅਸੀਂ ਮਿਜ਼ਾਈਲ ਫਾਇਰ ਕਰਤੇ ਅਮਰੀਕਾ 'ਤੇ ਬਟ ਮਾਰਿਆ ਜ਼ਿਆਦਾ ਨਹੀਂ ਕਿਸੇ ਨੂੰ ਠੀਕ ਹੈ ਔਰ ਉਹਦੇ ਨਾਲ ਇਹ ਵੀ ਸਿਗਨਲ ਅਮਰੀਕਾ ਨੂੰ ਚਲੇ ਗਿਆ ਕਿ ਅਸੀਂ ਡੀਐਸਕਲੇਟ ਕਰਨ ਨੂੰ ਤਿਆਰ ਨੇ ਨੋ ਦਿਸ ਇਜ਼ ਵੈਰੀ ਇੰਪੋਰਟੈਂਟ ਬਿਕੋਜ਼ ਦਿਸ ਇਜ਼ ਅ ਸਟੇਟ ਪੈਰਲਲ ਵਿਦ ਵਾਟ ਪਾਕਿਸਤਾਨ ਡਿਡ ਆਫਟਰ ਬਾਲਾਕੋਟ ਸਟ੍ਰਾਈਕਸ ਆਫਟਰ ਵੀ ਅਟੈਕ ਬਾਲਾਕੋਟ ਵਿਦ ਇੰਡੀਅਨ ਏਅਰਫੋਰਸ ਮਿਰਾਜਿਸ ਪਾਕਿਸਤਾਨ ਨੇ ਤੁਰੰਤ ਅਗਲੇ ਦਿਨ PAF ਨਾਲ ਬੋਂਬਿੰਗ ਕੀਤੀ ਔਨ ਇੰਡੀਅਨ ਬ੍ਰਿਗੇਡ ਹੈੱਡਕੁਆਰਟਰਸ ਬਟ ਉਹਨਾਂ ਨੇ ਇਸ ਤਰ੍ਹਾਂ ਟਾਰਗੇਟ ਕੀਤਾ ਕਿ ਦੇ ਡਿਡ ਨੋਟ ਕੋਜ਼ ਟੂ ਮਚ ਡੈਮੇਜ ਸੋ ਉਹਨਾਂ ਦਾ ਪਾਕਿਸਤਾਨ ਦਾ ਕੀ ਸਿਗਨਲ ਸੀ ਪਾਕਿਸਤਾਨ ਦਾ ਸਿਗਨਲ ਸੀ ਕਿ ਵੀ ਹੈਵ ਰਿਟੈਲੀਏਟਿਡ ਆਪਣੀ ਆਡੀਅੰਸ ਡੋਮੈਸਟਿਕ ਆਡੀਅੰਸ ਨੂੰ ਕਿਹਾ ਕਿਹਾ ਕਿ ਦੇਖੋ ਅਸੀਂ ਇੰਡੀਆ 'ਤੇ ਰਿਵੈਂਜ ਲੈ ਰਹੇ ਬਟ ਯੈਟ ਦੇ ਕੈਪਟ ਦੀ ਡੈਮੇਜ ਬਿਲੋ ਥ੍ਰੈਸ਼ਹੋਲਡ ਲੈਵਲ ਨਹੀਂ ਦੋਨਾਂ ਜੋ ਅਸਲ ਚ ਸ਼ਾਂਤੀ ਪਹੁੰਚ ਹੁੰਦਾ ਬੇਸਿਕਲੀ ਵਾਟ ਆਈ ਲਾਈਕ ਟੂ ਐਡ ਓਵਰ ਅਬਵ ਇਸ ਪੁਆਇੰਟ ਇਟ ਇਜ਼ ਸ਼ੋਅ ਆਫ ਕੈਪੇਬਿਲਿਟੀ ਕਿ ਭਈਆ ਵੀ ਆਰ ਕੈਪੇਬਲ ਆਲਸੋ
आप अगर चाहते हो वी कैन गो फॉर इट बट वी डोंट प्रेफर इट नहीं थी 80 मारन दी गल फिर कितों ओ ना ने अपनी डोमेस्टिक देखो नहीं नहीं डोमेस्टिक ऑडियंस ते सिर्फ सिर्फ उन्हें खुश करने के लिए उन्होंने एक चीज कही है ईरानियंस ने एक चीज कही है कि असी अमेरिकन डिफेंसेस नु पेनिट्रेट कीता और दूसरी गल हैगी है कि उन्हां दी बेस्ट टेक्नोलॉजी भी सानू किते भी इंटरप्ट नहीं कर सकी उन्हां डिफेंस लाइन साडे जिहड़े हैगे हैं मिसाइल वो गिरे हैं उहदे उपर वो अरबिल गिरे हैं या होर दूसरी जगह गिरे हैं वो उन्होंने डिस्कलोज नहीं किया सीगा ईवन इराकी प्राइम मिनिस्टर ने उन्होंने कहा भी स्ट्राइक कर रहे हैं कितने कर रहे हैं ये उन्होंने नहीं दस्या सीगा नहीं जैसे अभी मिस्टर विक्रमजीत ने बताया कि ईरानियन इराकी प्राइम मिनिस्टर मस्ट हैव लीक्ड इट टू द ईरानियंस सॉरी टू द अमेरिकंस कि ये लोग हमला कर रहे हैं तभी भी अमेरिका ने अपना पूरा का पूरा स्क्रीनिंग या इलेक्ट्रॉनिक वॉरफेयर मेजर्स नहीं लिए लाइक एयर डिफेंस वो तो मिसाइल्स को गिरा ही सकते थे प्रॉब्ली इट मस्ट हैव बीन प्री डिसाइडेड कि आने दो सो दैट दे आर आल्सो सेटिस्फाइड एंड रीएस्केलेट हो जाए मामला खत्म हो एग्जैक्टली इट हैज गिवन बोथ साइड्स रूम टू मूव अवे ठीक यू सी दिस यू द क्वेश्चन इज 80 अमेरिकंस यू हैव टू एड्रेस दिस क्वेश्चन कि ईरान ने क्यों क्लेम किया यू हैव नॉट एड्रेस दिस क्वेश्चन दे हैव टू सेटिस्फाई देयर डोमेस्टिक ऑडियंस कि उन्हां दा भी तो होल्ड ओवर ईरान इज बीइंग थ्रेटन्ड कि दूसरे अमेरिका ने तुहानू इन्नी इंसल्ट करती तुसीं कहिंदे असीं भी मारते उन्हां दे बंदे भारत पाकिस्तान दे विचाले जिहड़ी टेंशन होई सीगी बालाकोट वेले कि उहो जी टेंशन अमरीका ईरान दे विचाले है जां नहीं कि उहो जिहा मोटिव जिहड़ा उदों सीगा कि अमरीका ईरान दा उह मोटिव है तां नहीं कि इस सब दे विचाले इह सवाल खड़ा ਹੁੰਦਾ ਹੈ ਕਿ ਜਿਹੜੇ ਅਸਲ ਮੁੱਦੇ ਹੈਗੇ ਆ ਉਹਨਾਂ ਤੋਂ ਧਿਆਨ ਭਟਕਾਇਆ ਤਾਂ ਨਹੀਂ ਜਾ ਰਿਹਾ ਕਿਤੇ ਇਹ ਸਾਰੇ ਖਿੱਤੇ ਆਪਸ ਵਿੱਚ ਇਹੋ ਜਿਹੀ ਟੈਂਸ਼ਨ ਕ੍ਰੀਏਟ ਕਰਕੇ ਜਿਹੜੇ ਅਸਲ ਇਸ਼ੂ ਹੈਗੇ ਉਹਨਾਂ ਤੋਂ ਪਾਸੇ ਹੋਣ ਦੀ ਕੋਸ਼ਿਸ਼ ਵਿੱਚ ਤਾਂ ਨਹੀਂ ਇਹ ਸਾਰੇ ਸਵਾਲ ਹੋਣਗੇ ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ ਆਖਰੀ ਹਿੱਸੇ ਵਿੱਚ ਹੋਵਾਂਗੇ ਵਾਲੇਕੁਮ ਪੁੱਛ ਰਿਹਾ ਵੱਡਾ ਸਵਾਲ ਅਸੀਂ ਇਹ ਪੁੱਛ ਕਿ ਅਮਰੀਕਾ ਇਰਾਨ ਦਾ ਤਣਾਅ ਦੁਨੀਆ 'ਚ ਵੰਡੀਆਂ ਪਾ ਰਿਹਾ ਖੋਸਲਾ ਸਾਹਿਬ ਮੈਂ ਇਸ ਲਾਸਟ ਸੈਗਮੈਂਟ ਦਾ ਆਗਾਜ਼ ਤੁਹਾਡੇ ਤੋਂ ਕਰਨਾ ਚਾਹੂੰਗਾ ਇੱਕ ਆਖਰੀ ਪੁਆਇੰਟ ਤੁਹਾਡੇ ਤੋਂ ਲੈਣਾ ਚਾਹੂੰਗਾ ਜਿਹੜੇ ਅਸਲ ਇਸ਼ੂ ਹੈ ਕਿ ਇਕਨੋਮੀ ਦੇ ਸਾਡੇ ਅਨਇੰਪਲਾਈਮੈਂਟ ਦੇ ਭੁੱਖਮਰੀ ਦੇ ਗਰੀਬੀ ਦੇ ਅਮਰੀਕਾ ਦੇ ਵਿੱਚ ਜ਼ਿਆਦਾ ਨਹੀਂ ਹੋਣਗੇ ਈਰਾਨ ਦੇ ਵਿੱਚ ਜ਼ਿਆਦਾ ਹੋਣਗੇ ਭਾਰਤ ਵਿੱਚ ਜ਼ਿਆਦਾ ਹੋਣਗੇ ਪਾਕਿਸਤਾਨ ਵਿੱਚ ਜ਼ਿਆਦਾ ਹੋਣਗੇ ਹੋਰ ਜਿਹੜੇ ਸਾਡੇ ਕੰਟਰੀਸ ਹੈਗੇ ਆ ਜਿਹੜੇ ਗਲਫ ਕੰਟਰੀਸ ਦੀ ਗੱਲ ਹੁੰਦੀ ਹੈ ਉੱਥੇ ਵੀ ਜ਼ਿਆਦਾ ਹੋਣਗੇ ਕਿ ਉਹਨਾਂ ਸਾਰੇ ਜਿਹੜੇ ਅਸਲ ਮੁੱਦੇ ਹੈਗੇ ਆ ਉਹਨਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਦੇ ਵਿਚਾਲੇ ਇਹ ਸਾਰਾ ਰੋਲਾ ਤਾਂ ਨਹੀਂ ਪਾਇਆ ਜਾ ਰਿਹਾ ਨਹੀਂ ਜੀ ਇੱਦਾਂ ਤਾਂ ਨਹੀਂ ਲੱਗਦਾ ਵੀ ਇਹ ਧਿਆਨ ਭਟਕਾਉਣ ਵਾਲੀ ਗੱਲ ਹੈ ਇਹਦਾ ਅਸਲ ਇਫੈਕਟ ਤਾਂ ਸਾਡੀ ਇਕਨੋਮੀ ਦੇ ਉੱਤੇ ਨਜ਼ਰ ਆ ਰਿਹਾ ਔਰ ਜਿਹੜਾ ਨਹੀਂ ਆ ਰਿਹਾ ਉਹ ਥੋੜ੍ਹੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਜਦੋਂ ਡਾਲਰ ਦੇ ਰੇਟ ਜਿਹੜੇ ਨੇ ਜਦੋਂ ਸਾਡੀ ਕਰੰਸੀ ਦੀ ਵੀਕਨਿੰਗ ਹੋਏਗੀ ਉਦੋਂ ਇਹਦਾ ਪਤਾ ਲੱਗੇਗਾ ਕਿਉਂਕਿ ਅਸੀਂ ਇਹਦੇ ਵਾਸਤੇ ਤਿਆਰ ਨਹੀਂ ਸੀ ਸਾਡੀ ਹਜੇ ਤੱਕ ਦੀਆਂ ਪ੍ਰੋਬਲਮਸ ਜਿਹੜੀਆਂ ਸੀ ਇੰਟਰਨਲ ਨੇਚਰ ਦੀਆਂ ਸੀਗੀਆਂ ਜਿੰਨਾ ਵੀ ਚਾਹੇ ਅਸੀਂ GST ਦੀ ਗੱਲ ਕਰਦੇ ਸੀ ਜਾਂ ਸਲੋ ਡਾਊਨ ਜਿਹੜਾ ਆਇਆ ਡੀਮੋਨਟਾਈਜੇਸ਼ਨ ਕਰਕੇ ਹੋਇਆ ਅਸੀਂ ਹਜੇ ਤੱਕ ਇੰਟਰਨਲ ਫੈਕਟਰਸ ਦੀ ਗੱਲ ਕਰਦੇ ਸੀ ਹੁਣ ਇਹ ਜਿਹੜਾ ਸੈਟਬੈਕ ਆ ਰਿਹਾ ਇਹ ਐਕਸਟਰਨਲ ਸੈਟਬੈਕ ਆ ਰਿਹਾ ਇਹ ਐਡਿਡ ਬਲੋ ਹੋਏਗਾ ਜੋ ਹਜੇ ਤੱਕ ਅਸੀਂ ਪ੍ਰੋਬਲਮਸ ਫੇਸ ਕਰ ਰਹੇ ਸੀ ਉਹਦੇ 'ਚ ਹੋਰ ਅੱਗ ਲਾਏਗਾ ਜੀ ਇਹ ਸਾਡੀਆਂ ਸਰਕਾਰਾਂ ਇਹਦੇ ਵਾਸਤੇ ਬਹੁਤਾ ਤਿਆਰ ਨਹੀਂ ਹੈਗੀ ਹੁਣ ਠੀਕ ਹੈ ਤੁਸੀਂ ਸਿਰਫ ਇੰਡੀਆ ਕੰਸਟਰਟ ਕਰਤਾ ਪਾਠਕ ਸਾਹਿਬ ਸਵਾਲ ਇਹ ਹੈਗਾ ਕਿ ਅਮੈਰੀਕਾ ਅਤੇ ਈਰਾਨ ਦੇ ਵਿਚਾਲੇ ਇਹ ਜਿਹੜਾ ਤਣਾਅ ਹੈਗਾ ਉਸ ਤਣਾਅ ਦਾ ਅਸਲ ਏਜੰਡਾ ਕੀ ਹੈਗਾ ਜੋ ਮੁਹੰਮਦ ਖਾਲਿਦ ਸਾਹਿਬ ਕਹਿ ਰਹੇ ਆ ਕਹਿੰਦੇ ਤੇਲ ਦਾ ਰੌਲਾ ਤਾਂ ਹੈਗਾ ਟਰੰਪ ਸਾਹਿਬ ਨੇ ਉਸਨੂੰ ਪਾਸੇ ਕਰਤਾ ਇਹਨਾਂ ਨੇ ਕਿਹਾ ਇਕਾਨਮੀ ਦਾ ਰੌਲਾ ਵੀ ਹੈਗਾ ਤੁਹਾਨੂੰ ਤੇਲ ਇਕਾਨਮੀ ਦੇ ਨਾਲ ਜਿਹੜੀ ਤੇਲ ਦੇ ਨਾਲ ਇਕਾਨਮੀ 'ਤੇ ਅਸਰ ਪਵੇਗਾ ਇਹਦੇ ਨਾਲ ਤੁਹਾਨੂੰ ਇਲੈਕਸ਼ਨ ਏਜੰਡਾ ਵੀ ਲੱਗਦਾ ਜਾਂ ਨਹੀਂ ਨਹੀਂ ਇਲੈਕਸ਼ਨ ਇੰਡੀਆ ਤਾਂ ਇਲੈਕਸ਼ਨ ਏਜੰਡਾ ਤਾਂ ਓਬਵੀਅਸ ਹੈ ਬਿਕੋਜ਼ ਪਹਿਲੇ ਵੀ ਇਹ ਤਾਂ ਪਹਿਲੀ ਵਾਰ ਤਾਂ ਹੋਆ ਨਹੀਂ ਹੈ ਠੀਕ ਹੈ ਤੁਹਾਨੂੰ ਇਲੈਕਸ਼ਨ ਏਜੰਡਾ ਲੱਗਦਾ ਨਾ ਮੋਦੀ ਸਾਹਿਬ ਨੂੰ ਅਤੇ ਟਰੰਪ ਸਾਹਿਬ ਨੂੰ ਕੰਪੇਅਰ ਕੀਤਾ ਜਾ ਸਕਦਾ ਜਾਂ ਈਰਾਨ ਦੇ ਚੀਫ ਨੂੰ ਅਤੇ ਪਾਕਿਸਤਾਨ ਦੇ ਚੀਫ ਨੂੰ ਕੰਪੇਅਰ ਕੀਤਾ ਜਾ ਸਕਦਾ ਨਹੀਂ ਆਈ ਵੋਂਟ ਲਾਈਕ ਟੂ ਕਮੈਂਟ ਔਨ ਆਰ ਪ੍ਰਾਈਮ ਮਿਨਿਸਟਰ ਐਂਡ ਦੇ ਪ੍ਰੈਜ਼ੀਡੈਂਟ ਕੰਪੇਅਰ ਨਹੀਂ ਕੀਤਾ ਜਾ ਸਕਦਾ ਇਸਮੇ ਤਾਂ ਨਹੀਂ ਕਿਉਂਕਿ ਇਹਨਾਂ ਨੇ ਬਾਲਾਕੋਟ ਦਾ ਜ਼ਿਕਰ ਕੀਤਾ ਮੈਂ ਤਾਂ ਸਵਾਲ ਕਰ ਰਿਹਾ ਸੀਗਾ ਕਿਉਂਕਿ ਬਾਲਾਕੋਟ ਦੇ ਵਿਚਾਰੇ ਜਦੋਂ ਇੰਡੀਆ ਪਾਕਿਸਤਾਨ ਦੀ ਟੈਂਸ਼ਨ ਕ੍ਰੀਏਟ ਹੁੰਦੀ ਹੈ ਉਹੋ ਜਿਹੀ ਟੈਂਸ਼ਨ ਇਹ ਹੈ ਜਾਂ ਨਹੀਂ ਨਹੀਂ ਆਸ ਵਾਜ਼ ਅ ਟੋਟਲ ਡਿਫਰੈਂਟ ਇਸ਼ੂ ਹਮਾਰਾ ਪੋਸਟ ਫੁਲਵਾਮਾ ਹੁਆ ਹੈ ਜਬ ਹਮਾਰੇ ਬੰਦੇ ਮਾਰੇ ਗਏ ਹੈ ਔਰ ਯਹਾਂ ਤੋ ਮਤਲਬ ਬੇਸਿਕਲੀ ਇੱਕ ਜਨਰਲ ਸਾਹਿਬ ਵਾਜ਼ ਔਨ ਅ ਵਿਜ਼ਿਟ ਉਨਕੋ ਮਾਰਾ ਹੁਆ ਹੈ ਮਤਲਬ ਯੂ ਕੈਨ ਟੇਕ ਇਟ ਹੀ ਇਜ਼ ਨਾਟ ਅ ਟੈਰਰਿਸਟ ਹਮਨੇ ਤੋ ਟੈਰਰ ਕੇ ਉਪਰ ਵੀ ਰਿਟੈਲੀਏਟ ਯਹਾਂ ਤੋ ਅਮਰੀਕਾ ਹੈਜ਼ ਕਿਲਡ ਅ ਸਰਵਿੰਗ ਜਨਰਲ But the question is of sovereignty. He was killed in a third country. In a third country, as where sovereignty of Iraq is being questioned. Because he is a state guest. And you cannot kill. Vikramjit, I am confused in this question. Where I am not to ask this question, where I am standing in this question, that Trump and Mr. Modi can compare Trump and Mr. Modi in this situation or not. Can India-Pakistan's tension and America-Iran's tension ਕੰਪੇਅਰ ਕੀਤਾ ਜਾ ਸਕਦਾ ਕਿ ਨਹੀਂ ਨਹੀਂ ਦੇਖੋ ਬਾਲਾਕੋਟ ਆਈ ਮੈਂਸ਼ਨ ਟੂ ਗਿਵ ਦੀ ਪ੍ਰਿੰਸੀਪਲ ਆਫ ਡੀ ਐਸਕਲੇਟ ਟੂ ਡੀ ਐਸਕਲੇਟ
जिथे दोनों साइड्स विड्रॉ कर दी ने और अपनी डोमेस्टिक ऑडियंसेस में खुश रख दिए ने और दोनों नो स्पेस दे दिया कि तुसी हुन सिर्फ डीएस्केलेट तक ही सीमित रखा जावे यस कन्वेंशनली डीएस्केलेट आई एम दैट इज व्हाई आई मेंशनड बालाकोट टू से टू क्योंकि कर विक्रम जी मैं सवाल पता इस करके कर रहा सीगा क्योंकि ओदो भी यही दावे किए गए सीगे ओदो भी एहो जे दावे किए गए सी असी इन्ने मारे ओ कहंदे असी इन्ने मारे इथे भी एहो जे दावे आ मैं तां करके सवाल कर रहा एग्जैक्टली यू सी बोथ साइड्स आर मेकिंग एक्चुअली रैशनल चॉइसेस इट इज नॉट सो मच ऑफ rashness as it is jinu kehnde na cultivated irrationality eh dono sides apni audiences nu padka rahe ne assi aa karta oh kehnda maine aa kar dekho trump has been impeached he is under tremendous political pressure at home because he is tusi hun conclusion te aaye ho vikram ji he is been impeached he is facing a difficult election in which he is being accused of many things so trump is in a khosla sahab yahi keh raha si ga jehde asal issue hai unna to passe hon di koshish vi hai main ek gal kahanga ha dekho israel ne इजराइल और ईरान की बड़ी लड़ाई है ठीक है दे आर इट कुत्तरी पर देखो इजराइल ने अमेरिकन किलिंग ऑफ सुलेमानी नू दे हैव डिस्टेंस देमसेल्फ उन्होंने कैटेगोरिकली किया है कि दिस इज एन अमेरिकन इवेंट असी ये नाल कुछ नहीं किया वेयर एज इंडिया इज नॉट विलिंग टू टेक एनी स्टैंड उसका रीजन ये है कि साइट 883 या 833 व्हिच इज इन इजराइल मशरिया एयरबेस जो भी है व्हिच इज अ सीक्रेट बेस ईरान हैज ट्राइड टू इवन अर्लियर टारगेट उनको ये है कि अगेन दे शुड नॉट खाली साहब जो सवाल मैं शुरू किया सवाल मैं तो अखीर भी लैना चाहना कि मुस्लिम कंट्रीज है जड़ियाँ इन्नी वड्डी तादाद में है कि उन्होंने एक अलग झंडे हेठ खड़ा करने की कोशिश तो नहीं हैगी कि सवाल यह भी हैगा कि भारत पाकिस्तान की जी टेंशन होंगी है अमेरिका का यह जो तनाव है अमेरिका ईरान का उस तनाव के विचाले पाकिस्तान है जोड़ा वो चाइना तो अमेरिका के नाल कोई यहोजा प्लान फिट कर सकता जिंद इंडिया आने वाले समय में नुकसान हो चीज़ों का इतफाक रखते हो मैं दसदा पहली तो चीज़ यह हैगी है जिहड़ा तुसी कह रहे हो कि मोदी तो ट्रंप नू कंपेरिजन जिहड़ा हैगा तुसी देखो पुलवामा तो बाद बालाकोट होया उस तो बाद इलैक्शन सीगा इलैक्शन दे विच जिहड़ा इलैक्शन कैंपेन था उहदा एक बहुत वड्डा इशू इस उन्होंने क्रैडिट लेता कि घर घुस के मारेंगे बार बार मारेंगे वगैरह वगैरह इस तरीके दे नाल अमेरिकन इलेक्शन तो पहला ट्रंप भी ये गल कहने की कोशिश करूंगा कि साढ़े को स्ट्रोंग गवर्नमेंट है एंड इस अमेरिकन इंटरेस्ट जोड़े है वो साढ़िया पॉलिसीज के नाल सिक्योर असी कर सकते हैं पहली तो चीज़ है जिवें इत्थे राष्ट्रवाद नूं परिभाषित कीता गया उत्थे ग्रेटर नूं परिभाषित कीता जा रहा है देयर इज अ सेम्बलेंस ऑफ कंपैरिजन नॉट एग्जैक्टली कंपैरिजन आप नहीं कह सकते दूसरी चीज़ जिहड़ी तुसी कह रहे हो कि पाकिस्तान जिहड़ा हैगा हमेशा तो ही ये रोल प्ले करता रहा तुहानूं पता है कि 1971 दे विच जिहड़ी पिंग पोंग डिप्लोमेसी कीती सीगी पाकिस्तान ने अमेरिका तो चाइना नूं नेड़े लियाउण दे विच जिहड़े कि बहुत दूर सीगे उस तों पहलां उन्होंने नेड़े लियाउण च अमेरिका की भूमिका जिहदे वास्ते पाकिस्तान नूं दोनों पासों रिवार्ड मिलिया चाइना तो भी मिलिया अमेरिका तो भी मिलिया इस इशू नूं भी पाकिस्तान भुना सकदा है अमेरिका तो जिवें कि वह दूर हो चुका है अमेरिका पाकिस्तान इज़ नो मोर ए फ्रंटलाइन स्टेट जिवें कि सोवियत इनवेजन वेले सीगा अफगानिस्तान दे विच उस चीज़ का फायदा जिहड़ा हैगा पाकिस्तान लै सकदा है और एक बैलेंस दोबारा क्रिएट कर सकदा है जिहड़ा कि एक टोटल टिल्ट है अमेरिका ते इंडिया दी उहदे च किते ना किते एक बैलेंस क्रिएट कर सकदा है कि वह भी अमेरिका के नज़दीक हो सकदा है चलो तुसी डिबेट के एंड विच एक गल आखी बड़ी महत्वपूर्ण है मैं एक आखिरी सवाल जरूर लैना चाहूँगा पाठक साहब जिहड़े अमेरिका विच भारती बैठे हुए है प्रवासी बैठे हुए उन्होंने ये मंच की कहना चाहूँगा मेरी तरफ से तो मैं यही कहूंगा कि बी न्यूट्रल बिकॉज दोनों ने ईरान जो इंडिया का स्टैंड नहीं क्लीयर करता पे जो उत्थे भारती बैठे उन्हों का स्टैंड की होना चाहिए फिर मैं तो वही कह रहा हूँ बी न्यूट्रल बिकॉज द थिंग इज दोनों ये तो है नहीं कि अमेरिका हमको सपोर्ट भी किया ईरान ने भी कई बार किया है इफ यू रिमेंबर खालिद साहब विल रिमेंबर बाबरी मस्जिद जब टूटा था एंड यूपी वॉज इन केओस तब एक आयतुल्ला साहब आए थे ईरान से टू पेसिफाई मुस्लिम जिनने मुस्लिम कॉन्ग्रीगेशन को लेक्चर दिया था लखनऊ में टू बी पीसफुल सो ईरान हैज बीन विक्रम जी लास्ट मिनट तोड़ लाने फिर मैं चर्चा समाप्त करनी है विक्रम जी तक देखो ईरान इज आल्सो अ डिफिकल्ट एलाय इट इज नॉट अ वेरी स्टेडी और रिलायबल एलाय फॉर एग्जांपल ईरान ने साडे कश्मीर से स्टैंड नो कंडेम किया दे हैव नॉट बीन विद अस आवर स्टैंड ऑन द सिटीजन अमेंडमेंट बिल आई थिंक ईरान हैज आल्सो बीन अगेंस्ट अस देन ऑन छाबार पोर्ट इन द लास्ट 3-4 इयर्स ईरान ने 3-4 बारी एग्रीमेंट छाबार ते बदले Then on the Farzad B gas field,
ਜਿਹੜਾ ਇਰਾਨ ਸਾਨੂੰ ਦੇ ਰਹੀ ਸੀ ਉਹ ਹਰ ਵਾਰੀ ਕਹਿੰਦੇ ਸੀ ਫਿਰ ਇੰਡੀਆ ਦਾ ਸਟੈਂਡ ਤਾਂ ਫਿਰ ਥੋੜਾ ਜਿਹਾ ਕਲੀਅਰ ਹੋ ਰਿਹਾ ਨਾ ਜਿਹੜਾ ਛਾਬਾ ਰਿਪੋਰਟ ਦੀ ਤੁਸੀਂ ਗੱਲ ਕਰਦੇ ਹੋ ਤਾਂ ਥੈਂਕਸ ਕਰਦੇ ਪਏ ਅਮਰੀਕਾ ਦਾ ਹੁਣ ਬਿਲਕੁਲ ਮੈਂ ਇਹ ਕਹਿ ਰਿਹਾ ਕਿ ਇਟ ਇਜ਼ ਨੋਟ ਅ ਵੈਰੀ ਵੈਰੀ ਈਜ਼ੀ ਚੋਇਸ ਟੂ ਮੇਕ ਬਿਟਵੀਨ ਇਰਾਨ ਐਂਡ ਅਮੈਰੀਕਾ ਆਲਸੋ ਐਂਡ ਸੈਕੰਡਲੀ ਜਿਹੜੀ ਇੰਡੀਅਨ ਐਕਸਪੈਕਟਰੇਟ ਕਮਿਊਨਿਟੀ ਹੈ ਇਟ ਇਜ਼ ਬੇਸਿਕਲੀ ਲੋਕੇਟਡ ਇਨ ਦ ਗਲਫ ਸਟੇਟਸ ਓਕੇ ਨੋਟ ਇਨ ਇਰਾਨ ਨੋਟ ਮੱਚ ਇਨ ਇਰਾਨ ਨੋਟ ਇਨ ਇਰਾਨ ਸੋ ਇੰਡੀਆ ਆਲਸੋ ਹੈਜ਼ ਟੂ ਕੀਪ ਇਨ ਮਾਈਂਡ ਯੂ ਏ ਈ ਸਪੈਸ਼ਲੀ ਇਨ ਸਾਊਦੀ ਅਰੇਬੀਆ ਐਂਡ ਯੂ ਏ ਈ ਸਾਊਦੀ ਅਰੇਬੀਆ ਆਰ ਪਾਰਟ ਆਫ ਦੀ US led informal alliance in the Gulf region. So India has these complications, but at the same time I would say that the US is not reciprocating India's one-sided, you know, tilt towards the US. Dekho Afghanistan upar bhi jehdi US Taliban negotiation karke withdraw karne di koshish kiti hai, India has virtually India was nowhere. Theek hai, main ek aakhri sawal kar leta hu, fir dobara tode sawal le raha hu. ਐਂਟੀ ਇਰਾਨ ਪਾਲਿਸੀ ਐਂਟੀ ਪਾਕਿਸਤਾਨ ਪਾਲਿਸੀ ਨਾਲ ਕੰਪੇਅਰ ਕੀਤੀ ਜਾ ਸਕਦੀ ਵਨ ਲਾਈਨਰ ਨਹੀਂ 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 ਕੀਤੀ ਜਾ ਸਕਦੀ ਚਲੋ 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 ਬਹੁਤ ਬਹੁਤ ਧੰਨਵਾਦ ਖਾਲੀ ਸਾਹਿਬ ਤੁਹਾਡਾ ਵਿਕਰਮ ਜੀ ਤੁਹਾਡਾ ਬਹੁਤ ਧੰਨਵਾਦ ਪਾਠਕ ਸਾਹਿਬ ਤੁਹਾਡਾ ਬਹੁਤ ਧੰਨਵਾਦ ਡਾਕਟਰ ਰਜੀਵ ਖੋਸਲਾ ਤੁਹਾਡਾ ਬਹੁਤ ਧੰਨਵਾਦ ਸਾਰਾ ਮਸਲਾ ਇਕਾਨਮੀ ਦਾ ਹੈਗਾ ਮੰਦੀ ਦਾ ਹੈਗਾ ਮੰਦੀ ਦੌਰ ਵਿੱਚੋਂ ਨਿਕਲਣਾ ਕਿਵੇਂ ਹੈਗਾ ਰੋਲਾ ਕਿਉਂ ਪਿਆ ਹੈਗਾ ਇਸ ਦੇ ਵਿੱਚ ਆਪਦੇ ਏਜੰਡੇ ਹੈ ਕਿ ਇਹ ਸਭ ਕੁਝ ਸੈੱਟ ਹੋ ਜਾਵੇਗਾ ਪਰ ਤੀਜੀ ਵਿਸ਼ਵ ਜੰਗ ਦਾ ਜਿਹੜਾ ਰੋਲਾ ਮੀਡੀਆ ਵੀ ਪਾ ਰਿਹਾ ਹੈਗਾ ਸਾਡੀ ਉਹਨਾਂ ਨੂੰ ਵੀ ਤਾਕੀਦ ਹੈ ਕੀ ਹੈ ਜਿਹੜੇ ਬਾਰਡਰ ਦੇ ਨੇੜੇ ਰਹਿੰਦੇ ਹੈਗੇ ਆ ਜਾਂ ਬਾਰਡਰ ਪਾਰ ਰਹਿੰਦੇ ਹੈਗੇ ਆ ਜਿਹਨਾਂ ਤੋਂ ਸਮਝਿਆ ਜਾ ਸਕਦਾ ਜੰਗ ਦਾ ਮਤਲਬ ਕੀ ਹੁੰਦਾ ਸਟੂਡੀਓ 'ਚ ਬੈਠ ਕੇ ਐਵੇਂ ਜੰਗ ਦਾ ਰੋਲਾ ਨਾ ਪਾਇਆ ਕਰੋ ਉਹਨਾਂ ਨੂੰ ਵੀ ਮੈਂ ਤਾਕੀਦ ਕਰਦਾ ਸਮਝ ਲਿਆ ਕਰੋ ਪਿੱਛੇ ਕੀ ਹੈਗਾ ਉਹ ਪਰਦੇ ਦੇ ਪਿੱਛੇ ਪਲਾਨ ਕੀ ਹੈਗਾ ਉਸ ਨੂੰ ਸਮਝੋਗੇ ਤਾਂ ਸਾਰੇ ਰੋਲੇ ਭੁੱਲ ਜਾਓਗੇ ਕਿਉਂਕਿ ਰੋਲਾ ਸਾਰਾ ਰੋਟੀ ਦਾ ਰੋਟੀ ਮਿਲੂਗੀ ਇਹ ਜੰਗਾਂ ਨੇ ਕੁਛ ਨਹੀਂ ਦੇਣਾ ਬਹੁਤ ਧੰਨਵਾਦ